ਦੇਸ਼ ਦੇ ਵਿੱਚ ਟਿਕਟੋਕ ਨੂੰ ਬੈਨ ਕਰ ਦਿੱਤਾ ਗਿਆ। ਟਿਕਟੋਕ ਦੇ ਬਹੁਤ ਸਾਰੇ ਮਸਲੇ ਦੇਸ਼ ਦੇ ਵਿੱਚ ਦੇਖਣ ਨੂੰ ਮਿਲੇ ਨੇ ਅਤੇ ਕੁਝ ਨੌਜਵਾਨ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਟਿਕਟੋਕ ਨੂੰ ਬੈਨ ਹੋਣਾ ਚਾਹੀਦਾ ਜਾਂ ਇਸ ਦੇ ਕੀ ਫਾਇਦੇ ਨੇ, ਕੀ ਨੁਕਸਾਨ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਸ਼ਿਖਾ। ਅੱਛਾ ਸ਼ਿਖਾ, ਟਿਕਟੋਕ ਹੈ ਕੀ? ਮੈਂ ਤਾਂ ਵੈਸੇ ਕਦੇ ਯੂਜ਼ ਨਹੀਂ ਕੀਤਾ, ਬਾਕੀ ਜਿਹੜੀਆਂ ਵੀਡੀਓਜ਼ ਦੇਖੀਆਂ ਉਹ ਮਤਲਬ ਬੱਚੇ ਕਾਪੀ ਕਰਦੇ ਆ, ਜੋ ਵੀ ਡਾਇਲੋਗ ਹੋਵੇ ਜਾਂ ਸੌਂਗ ਹੋਵੇ, ਤਾਂ ਇੱਕ ਤਰ੍ਹਾਂ ਦੇ ਨਾਲ ਮੈਨੂੰ ਇੰਨਾ ਹੀ ਪਤਾ ਟਿਕਟੋਕ ਬਾਰੇ। ਅੱਛਾ, ਇਹ ਐਂਟਰਟੇਨਮੈਂਟ ਦੇ ਲਈ ਚੰਗੀ ਹੈ ਚੀਜ਼? ਨਹੀਂ, ਮੈਨੂੰ ਨਹੀਂ ਲੱਗਦਾ ਕਿ ਚੰਗੀ ਹੈ, ਕਿ ਕਿਸੇ ਨੂੰ ਕਾਪੀ ਕਰਨਾ ਜਾਂ ਥੋੜ੍ਹੇ ਜਿਹੇ ਫਨ ਵਾਸਤੇ ਇੱਕ ਮਤਲਬ ਟਾਈਮ ਵੇਸਟ ਹੀ ਹੈ ਕਿ ਤੁਸੀਂ ਕਿਸੇ ਦਾ ਡਾਇਲੋਗ ਕਾਪੀ ਕਰ ਰਹੇ ਹੋ ਜਾਂ ਕੁਛ। ਮੈਨੂੰ ਤਾਂ ਵਧੀਆ ਨਹੀਂ ਲੱਗਿਆ, ਇੱਕ ਮਤਲਬ ਹੱਸੀ ਆਉਂਦੀ ਹੈ ਦੇਖ ਕੇ, ਜਿਵੇਂ ਕੁੜੀਆਂ ਜਾਂ ਮੁੰਡੇ ਪੋਸਟ ਕਰਦੇ ਆ ਐਵੇਂ ਵੇਅਰਡ ਵੇਅਰਡ ਐਕਸਪ੍ਰੈਸ਼ਨ ਬਣਾ ਕੇ ਸਪੈਸ਼ਲੀ ਤਿਆਰ ਹੋ ਕੇ, ਬਟ ਮੈਨੂੰ ਤਾਂ ਵਧੀਆ ਨਹੀਂ ਲੱਗਿਆ, ਨਾ ਕਦੀ ਲੱਗਿਆ ਨਾ ਹੁਣ ਲੱਗਿਆ। ਅੱਛਾ ਬੈਨ ਹੋ ਗਿਆ, ਟਾਈਮ ਪਾਸ ਹੀ ਸੀਗਾ, ਬੱਚੇ ਕਾਫੀ ਛੋਟੇ ਛੋਟੇ ਬੱਚੇ ਵੀ ਲੱਗੇ ਹੁੰਦੇ ਆ, ਮੈਨੂੰ ਤਾਂ ਚੰਗਾ ਨਹੀਂ ਲੱਗਿਆ ਕਦੀ। ਫਾਇਦਾ ਕੀ ਹੈ ਇਸਦਾ ਫਿਰ? ਫਾਇਦਾ ਵੀ ਨਹੀਂ ਹੈ, ਮਤਲਬ ਬੱਚੇ ਇੱਕ ਤਰ੍ਹਾਂ ਨਾਲ ਗੇਮ ਦੇਖ ਲਓ, ਜਿਵੇਂ ਗੇਮ 'ਤੇ ਉੱਤੇ ਬੱਚੇ ਟਾਈਮ ਪਾਸ ਕਰਦੇ ਆ, ਸਾਰੇ ਟਾਈਮ ਪਾਸ ਕਰਦੇ ਆ, ਉਹਨਾਂ ਨੇ ਟਿਕਟੋਕ 'ਤੇ ਟਾਈਮ ਪਾਸ ਕਰ ਲਿਆ, ਬਸ ਸਹੀ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਸ਼ਮਸ਼ੇਰ। ਅੱਛਾ ਸ਼ਮਸ਼ੇਰ, ਤੁਹਾਨੂੰ ਪਤਾ ਹੋਵੇਗਾ ਕਿ ਟਿਕਟੋਕ ਨੂੰ ਬੈਨ ਕਰ ਦਿੱਤਾ ਹੈ, ਫਾਇਦਾ ਹੋਇਆ ਜਾਂ ਨੁਕਸਾਨ? ਦੇਖੋ, ਇੱਕ ਸਾਹਿਬ ਦਾ ਫਾਇਦਾ ਹੋਇਆ ਕਿਉਂਕਿ ਇਹਦੇ ਨਾਲ ਕੋਈ ਫਾਇਦਾ ਤਾਂ ਹੈ ਨਹੀਂ ਸੀ, ਇਹਦਾ ਸਾਰੀ ਟਾਈਮ ਦੀ ਵੇਸਟਿੰਗ ਸੀਗੀ, ਜਿੰਨੇ ਆਪਣੇ ਸਾਰੇ ਮਤਲਬ ਕਿ ਸੀਗੇ ਇਹ ਸਾਰੇ ਇੱਧਰ ਨੂੰ ਤੁਰ ਪਏ ਸੀਗੇ, ਜਿਹੜੇ ਜਿੰਨੇ ਕਿ ਮਤਲਬ ਇਸ ਤੋਂ ਇੱਕ ਸਾਹਿਬ ਦੇ ਪਤਾ ਲੱਗਦਾ ਕਿ ਆਪਣੇ ਕਿੰਨੇ ਲੋਕ ਇੱਕ ਸਾਹਿਬ ਦੇ ਵਿਹਲੇ ਹੈਗੇ ਆ, ਜਿਹਨਾਂ ਕੋਲ ਕੋਈ ਕੰਮ ਨਹੀਂ ਗਾ, ਬਸ ਸਾਰੇ ਇਹਦੇ 'ਤੇ ਲੱਗ ਗਏ ਸੀਗੇ, ਟਿਕਟੋਕ 'ਤੇ, ਹੋਰ ਸੀਗੀਆਂ ਗੇਮਸ ਹੋ ਗਈਆਂ ਜਾਂ ਹੋਰ ਕੋਈ ਸੋਸ਼ਲ ਸਾਈਟਸ ਹੋ ਗਈਆਂ, ਸਾਰੇ ਉੱਧਰ ਨੂੰ ਜਾਈ ਜਾਂਦੇ ਆ, ਅਤੇ ਇੱਕ ਹਿਸਾਬ ਨਾਲ ਇਹਦਾ ਨੁਕਸਾਨ ਹੀ, ਫਾਇਦਾ ਤਾਂ ਮੈਨੂੰ ਕੋਈ ਅੱਜ ਤੱਕ ਦੱਸਿਆ ਨਹੀਂ ਇਹਦਾ, ਅਤੇ ਬਸ ਟਾਈਮ ਦੀ ਵੇਸਟ ਹੋ ਗਈ, ਅਤੇ ਲੋਕ ਵਿਹਲੇ ਇਹਨਾਂ ਕੰਮਾਂ ਨੂੰ ਹੁਣ ਜ਼ਿਆਦਾ ਹੋਈ ਜਾਂਦੇ ਆ। ਇਹ ਹੁਣ ਟਿਕਟੋਕ ਬੈਨ ਕਰਤੀ, ਇਹਦੇ ਨਾਲ ਹੁਣ ਰੁਝੇਵੇਂ ਵੀ ਵਧੀ ਜਾਂਦੇ ਆ, ਲੋਕ ਆਪਸ 'ਚ ਇੱਕ ਹਿਸਾਬ ਨਾਲ ਲੜਦੇ ਫਿਰਦੇ ਆ, ਬਿਨਾਂ ਗੱਲੋਂ ਸ਼ੋਅ ਆਫ ਕਰੀ ਜਾਂਦੇ ਆ, ਲੋਕਾਂ ਨੂੰ ਆਏ ਵੀ ਇਹਦਾ ਨੁਕਸਾਨ ਆ, ਨੁਕਸਾਨ ਤਾਂ ਕੋਈ ਹੈ ਨਹੀਂ, ਮੈਨੂੰ ਤਾਂ ਇਸ ਚੀਜ਼ ਦਾ ਫਾਇਦਾ ਹੀ ਦਿਸਿਆ ਹੈਗਾ। ਹੈ ਕਿ ਟਿਕਟੋਕ? ਨੋ। ਇਹ ਟਿਕਟੋਕ ਹੈ ਕੀ? ਟਿਕਟੋਕ ਬਸ ਇੱਕ ਸੋਸ਼ਲ ਹੈਗਾ ਐਪ ਆ, ਮੀਡੀਆ, ਜੇ ਬਸ ਲੋਕ ਇਹਨੂੰ ਆਪਦਾ ਇੱਕ ਮਨੋਰੰਜਨ ਦਾ ਸਾਧਨ ਦੱਸੀ ਜਾਂਦੇ ਆ, ਵੀ ਬਸ ਇਹਦੇ ਨਾਲ ਟਾਈਮ ਪਾਸ, ਇੱਕ ਹਿਸਾਬ ਦਾ ਟਾਈਮ ਪਾਸ ਕਰੀ ਜਾਂਦੇ ਆ, ਲੋਕਾਂ ਕੋਲ ਕੰਮ ਹੈ ਨਹੀਂ ਗਾ, ਬਸ ਇੱਕ ਟਿਕਟੋਕ ਚਲਾ ਲੈਂਦੇ ਆ। ਤੁਸੀਂ ਵਰਤਦੇ ਹੋ ਟਿਕਟੋਕ? ਨੋ, ਜਮਾਂ ਹੀ ਨਹੀਂ, ਬਿਲਕੁਲ ਨਹੀਂ, ਅੱਜ ਤੱਕ ਨਹੀਂ ਵਰਤੀ। ਨੋ, ਇੱਕ ਵਾਰੀ ਨਹੀਂ। ਅੱਛਾ, ਕੀ ਲੱਗ ਰਿਹਾ ਕਿ ਜੋ ਬੈਨ ਕਰ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਹੋਰ ਸੋਸ਼ਲ ਨੈਟਵਰਕਿੰਗ ਦੇ ਵੱਲ ਵੀ ਲੋਕ ਜਿਹੜੇ ਨੇ ਉਹ ਨੌਜਵਾਨ ਖਾਸ ਕਰਕੇ ਉਹ ਵਧਣਗੇ, ਪਬਜੀ ਹੋ ਗਈ, ਫੇਸਬੁੱਕ, ਇੰਸਟਾਗ੍ਰਾਮ ਦੀਆਂ ਗੱਲਾਂ ਕਰਦੇ ਨੇ, ਇਹਨਾਂ ਦੇ ਉੱਤੇ ਵੀ ਰੁਝੇਵਾਂ ਵਧੇਗਾ, ਫਿਰ ਕਿਆ ਸਰਕਾਰ ਨੂੰ ਇਹ ਵੀ ਬੈਨ ਕਰ ਦੇਣੀ ਚਾਹੀਦੀ ਹੈ? ਹਾਂ, ਇਹ ਕਰਨੀ ਚਾਹੀਦੀ ਕਿਉਂਕਿ ਹੁਣ ਲੋਕਾਂ ਨੂੰ ਇੱਕ ਹਿਸਾਬ ਦਾ ਟਾਈਮ ਪਾਸ ਲਈ ਚਾਹੀਦਾ ਕੁਛ ਨਾ ਕੁਛ, ਲੋਕ ਹੁਣ ਜੇ ਮਤਲਬ ਟਿਕਟੋਕ ਬੈਨ ਹੋ ਗਈ, ਹੁਣ ਲੋਕ ਟਿਕਟੋਕ ਛੱਡ ਦੇਣਗੇ, ਦੂਜੇ ਪਾਸੇ ਚਲੇ ਜਾਣਗੇ, ਬਸ ਇੱਦਾਂ ਲੋਕਾਂ ਨੂੰ ਕੋਈ ਨਾ ਕੋਈ ਚੀਜ਼ ਚਾਹੀਦੀ ਹੈ ਟਾਈਮ ਪਾਸ ਕਰਨ ਲਈ, ਕੰਮ ਲੋਕਾਂ ਕੋਲ ਕੋਈ ਹੈ ਨਹੀਂ ਗੇ, ਲੋਕ ਸਾਰੇ ਵਿਹਲੇ ਤੁਰੇ ਫਿਰਦੇ ਹੈਗੇ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਇਹ ਚੀਜ਼ ਦਾ। ਕੰਮ ਕਿਉਂ ਨਹੀਂ ਹੈਗੇ? ਸਰਕਾਰ ਤਾਂ ਕਹਿ ਰਹੀ ਹੈ ਵੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੌਜਵਾਨਾਂ ਨੂੰ, ਫਿਰ ਨੌਜਵਾਨ ਇਹਨਾਂ ਸੋਸ਼ਲ ਨੈਟਵਰਕਿੰਗ ਸਾਈਟ ਦੇ ਉੱਤੇ ਕਿਉਂ ਤੁਰੇ ਫਿਰੇ ਨੇ? ਜੇ ਲੋਕਾਂ ਕੋਲ ਨੌਕਰੀਆਂ ਹੋਣ, ਲੋਕ ਬਿਜ਼ੀ ਹੋਣ, ਤਾਂ ਉਹਨਾਂ ਕੋਲ ਜਾਂ ਟਿਕਟੋਕ ਵਾਸਤੇ ਜਾਂ ਕੋਈ ਹੋਰ ਐਪ ਵਾਸਤੇ ਟਾਈਮ ਹੀ ਨਾ ਹੋਵੇ ਲੋਕਾਂ ਕੋਲ, ਇਹਨਾਂ ਲੋਕਾਂ ਕੋਲ ਟਾਈਮ ਹੀ ਨਾ ਹੋਵੇ ਵੀ ਉਹ ਉੱਧਰਲੇ ਜਾਂ ਕਿਸੇ ਹੋਰ ਪਾਸੇ ਆਪਦਾ ਧਿਆਨ ਰੱਖ ਸਕਣ, ਲੋਕ ਆਪਦੀ ਫਿਰ ਜਿਹੜੀ ਲਾਈਫ ਆ ਉਹ ਉੱਧਰਲੇ ਪਾਸੇ ਬਿਜ਼ੀ ਕਰ ਲੈਣ ਜੇ ਲੋਕਾਂ ਕੋਲ ਨੌਕਰੀਆਂ ਹੋਣ ਤਾਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੇਰਾ ਗੁਰਪ੍ਰੀਤ ਸਿੰਘ ਜੀ। ਅੱਛਾ ਗੁਰਪ੍ਰੀਤ, ਟਿਕਟੋਕ ਹੈ ਕੀ? ਟਿਕਟੋਕ ਸੋਸ਼ਲ ਐਪ ਆ ਬਸ, ਲੋਕ ਆਪਦੇ ਐਂਟਰਟੇਨਮੈਂਟ ਲਈ ਯੂਜ਼ ਕਰ ਰਹੇ ਨੇ। ਤੁਸੀਂ ਯੂਜ਼ ਕਰਦੇ ਹੋ? ਮੈਂ ਮੋਬਾਈਲ 'ਚ ਹੈ, ਬਸ ਵੇਖ ਲਈਦਾ ਉਹਨੂੰ, ਬਸ ਯੂਜ਼ ਨਹੀਂ ਕਰੀਦਾ। ਅਤੇ ਇੱਕ ਕਿਸਮ ਦਾ ਯੂਜ਼ ਤਾਂ ਕਰਦੇ ਹੋ ਨਾ? ਬਸ ਯੂਜ਼। ਹਾਂਜੀ। ਅੱਛਾ, ਇਹਦਾ ਫਾਇਦਾ ਹੋਇਆ ਹੈ ਜਾਂ ਨੁਕਸਾਨ ਹੋਇਆ ਹੁਣ ਜਦੋਂ ਸਰਕਾਰ ਨੇ ਬੈਨ ਕਰ ਦਿੱਤਾ? ਮੈਂ ਅੱਗੇ ਲੋਕਾਂ ਵੀ ਵੇਖ ਲੈਂਦੇ ਕੀ ਵਿੱਚ ਕਰਦੇ ਆ, ਕੀ ਐਕਟਿੰਗ ਕਰਦੇ ਆ, ਕੀ ਸਕਿੱਲ ਉਹਨਾਂ ਦੀ ਹੈਗੀ ਹੈ, ਬਸ ਅਤੇ ਹੁਣ ਬਸ ਰਹਿ ਗਿਆ ਕੰਮ ਉਹਨਾਂ ਦੇ ਵਿੱਚ ਹੀ ਸਾਰਾ ਕੁਝ। ਕਿਤੇ ਨਾ ਕਿਤੇ ਟਿਕਟੋਕ ਦੇ ਨਾਲ ਲੋਕਾਂ ਦੀ ਜਿਹੜੀ ਸਕਿੱਲਸ ਸੀ, ਉਹਨਾਂ ਦੀ ਜਿਹੜੀ ਐਕਟੀਵਿਟੀਜ਼ ਸੀ, ਉਹ ਵੀ ਕਿਤੇ ਨਾ ਕਿਤੇ ਅੱਗੇ ਆਈਆਂ ਸਨ, ਲੋਕਾਂ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਸੀ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਉਹ ਲੋਕ ਜਿਹੜੇ ਪਰਦੇ ਦੇ ਪਿੱਛੇ ਰਹਿ ਜਾਂਦੇ ਨੇ ਕਿਸੇ ਨਾ ਕਿਸੇ ਕਾਰਨ ਕਰਕੇ, ਜਿਹੜੀਆਂ ਇਹ ਸੋਸ਼ਲ ਨੈਟਵਰਕਿੰਗ ਸਾਈਟ ਨੇ ਉਹਨਾਂ ਦੇ ਨਾਲ ਅੱਗੇ ਆਉਂਦੇ ਨੇ ਲੋਕ? ਇਹ ਤਾਂ ਹੈ, ਮੈਂ ਜਿੰਨਾ ਸਕਿੱਲ ਹੈਗੀ ਜਿਹੜੇ ਐਕਟਿੰਗ ਕਰਨਾ ਚਾਹੁੰਦੇ ਸੀ ਉਹਨਾਂ ਲਈ ਤਾਂ ਬੈਨੀਫਿਸ਼ੀਅਲ ਸੀ ਇਹ ਐਪ, ਅਤੇ ਬਾਕੀ ਕਈ ਤਾਂ ਆਪਣੇ ਜਵਾਕਾਂ ਨੂੰ ਹੀ ਲਾਈ ਖੜੇ ਵਿੱਚ ਹੀ, ਉਹਨਾਂ ਲਈ ਹੁਣ ਕੀ ਜਵਾਕਾਂ ਨੂੰ ਕੀ ਪਤਾ ਕੀ ਕਰੀ ਜਾਂਦੇ ਕੀ ਨਹੀਂ, ਅਤੇ ਫਿਰ ਉਹਨਾਂ ਲਈ ਤਾਂ ਫਿਰ ਗਲਤ ਗੱਲ ਆਈ ਹੈ ਜੀ। ਚਲੋ, ਟਿਕਟੋਕ ਬੈਨ ਹੋ ਗਈ, ਇਸ ਤੋਂ ਬਾਅਦ ਹੁਣ ਤੁਸੀਂ ਕਿਹੜੀ ਸੋਸ਼ਲ ਨੈਟਵਰਕਿੰਗ ਸਾਈਟ ਦੇ ਉੱਤੇ ਜ਼ਿਆਦਾ ਬਿਜ਼ੀ ਰਹਿੰਦੇ ਹੋ? ਪਬਜੀ। ਪਬਜੀ ਦੇ ਵਿੱਚ ਕੀ ਖਾਸ ਹੈ? ਬਸ ਗੇਮ ਹੈ, ਟਾਈਮ ਪਾਸ ਵਧੀਆ ਹੋ ਜਾਂਦਾ ਜੀ ਉਹਦੇ ਨਾਲ,
ਮਤਲਬ ਜੇ ਜਿਵੇਂ ਦੂਰ ਔਨਲਾਈਨ ਗੇਮ ਆ, ਚਾਰ ਚਾਰ ਬੰਦੇ ਅਟੈਚ ਹੋ ਜਾਂਦੇ ਵਧੀਆ ਅਤੇ ਵਧੀਆ ਖੇਡੀ ਜਾਂਦੀ। ਅੱਛਾ, ਟਾਈਮ ਪਾਸ ਦੇ ਲਈ ਗੇਮ ਖੇਡੀ ਜਾ ਰਹੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਇਹ ਟਾਈਮ ਪਾਸ ਵਧੇਰੇ ਹੋਣ ਲੱਗ ਗਿਆ ਤਾਂ ਸਰਕਾਰ ਇੱਕ ਵਾਰ ਫਿਰ ਜਿੱਦਾਂ ਟਿਕਟੋਕ ਨੂੰ ਬੈਨ ਕੀਤਾ ਉਸਦਾ ਪਬਜੀ ਨੂੰ ਬੈਨ ਕਰ ਸਕਦੀ ਹੈ? ਹਾਂਜੀ, ਕਰ ਸਕਦੀ ਬੈਨ, ਕਰਨਾ ਚਾਹੀਦਾ, ਕਰਨਾ ਚਾਹੀਦਾ ਵੀ ਮੈਂ, ਬਾਕੀ ਸਰਕਾਰ ਵੀ ਕੀ ਕਰੇ, ਬਾਕੀ ਆਪ ਜੇ ਆਪਾਂ ਨੂੰ ਪਤਾ ਲੱਗੀ ਜਾਂਦਾ ਕਿ ਆਪਾਂ ਬਾਹਲਾ ਟਾਈਮ ਇਸ 'ਤੇ ਬਿਤਾ ਰਹੇ ਹਾਂ, ਫਿਰ ਆਪਾਂ ਨੂੰ ਆਪ ਹੀ ਉਹ ਜਾਗਰੂਕ ਹੋਣਾ ਚਾਹੀਦਾ। ਹਾਂਜੀ, ਕੀ ਨਾਮ ਹੈ ਜੀ? ਉਪਿੰਦਰ। ਅੱਛਾ ਉਪਿੰਦਰ, ਟਿਕਟੋਕ ਨੂੰ ਬੈਨ ਕਰ ਦਿੱਤਾ ਹੈ, ਨੁਕਸਾਨ ਹੋਇਆ ਜਾਂ ਫਾਇਦਾ? ਫਾਇਦਾ ਹੈ, ਸਾਰੇ ਉੱਤੇ ਲੱਗੇ ਹੋਏ ਸੀਗੇ ਵਿਦਾਊਟ ਐਨੀ ਰੀਜ਼ਨ। ਆਈ ਮੀਨ ਕਿ ਥੋੜ੍ਹਾ ਟਾਈਮ ਹੈ ਕਿ ਤੁਸੀਂ ਕੋਈ ਜਿਵੇਂ ਇੰਸਟਾਗ੍ਰਾਮ ਹੈ, ਯੂ ਪੋਸਟ ਪਿਕਚਰਸ, ਬਟ ਤੁਸੀਂ ਕਾਫੀ ਟਾਈਮ ਬਾਅਦ ਜਾ ਕੇ ਪੋਸਟ ਕਰਦੇ ਹੋ, ਉਹ ਹੋ ਗਈ ਗੱਲ ਖਤਮ। ਬਟ ਟਿਕਟੋਕ ਤਾਂ ਸਾਰਾ ਦਿਨ ਸਾਰੇ ਲੱਗੇ ਰਹਿੰਦੇ, ਮੈਨੂੰ ਲੱਗਦਾ ਇੱਕ ਬੰਦੇ ਦੀ, ਮੈਨੂੰ ਲੱਗਦਾ 1000 ਤੋਂ ਉੱਤੇ ਦੀ ਵੀਡੀਓਜ਼ ਨੇ ਜਿਹਦਾ ਕੋਈ ਯੂਜ਼ ਹੀ ਨਹੀਂ ਹੈਗਾ। ਅਸੀਂ ਆਲਰੇਡੀ ਉਹ ਟੀ ਵੀ 'ਤੇ ਚੀਜ਼ ਦੇਖ ਚੁੱਕੇ ਹਾਂ ਜਿਹੜੀ ਉਹ ਰਿਪੀਟ ਕਰ ਰਹੇ ਨੇ, ਇਟਸ ਆਫ ਨੋ ਯੂਜ਼, ਕੋਈ ਕ੍ਰੀਏਟਿਵਿਟੀ ਤਾਂ ਉਸ 'ਚ ਹੈ ਹੀ ਨਹੀਂ। ਅੱਛਾ, ਤੁਸੀਂ ਕਰਦੇ ਯੂਜ਼? ਨਾ, ਮੈਂ ਬਿਲਕੁਲ ਨਹੀਂ ਕਰਦੀ, ਇਨਫੈਕਟ ਮੈਂ ਦੇਖਣਾ ਵੀ ਪਸੰਦ ਨਹੀਂ ਕਰਦੀ। ਤੁਸੀਂ ਕਿਹਾ ਵੀ 1000 ਤੋਂ ਉੱਪਰ ਵੀਡੀਓਜ਼ ਨੇ, ਕਿਵੇਂ ਪਤਾ ਲੱਗਿਆ? ਕਿਉਂਕਿ ਉਹ ਪਤਾ ਲੱਗ ਰਿਹਾ, ਅਸੀਂ ਪੜ੍ਹ ਰਹੇ ਹਾਂ, ਅਸੀਂ ਦੇਖਦੇ ਹਾਂ, ਅਸੀਂ ਲੋਕਾਂ ਨੂੰ ਦੇਖਦੇ ਹਾਂ ਕਿੰਨੇ ਕਿੰਨੇ ਉਹਨਾਂ ਨੇ ਪਾਏ ਹੋਏ ਨੇ, ਬਟ ਆਈ ਐਮ ਨੋਟ ਇੰਟਰਸਟਿਡ। ਆਈ ਮੀਨ 1000 ਤੋਂ ਉੱਪਰ ਕਿੱਦਾਂ ਪਤਾ ਲੱਗਿਆ ਵੀ ਇੰਨੇ ਨੇ? ਕਿਉਂਕਿ ਲੋਕ ਪੋਸਟ ਕਰਦੇ ਨੇ, ਅਸੀਂ ਦੇਖੇ ਨੇ, ਪਰ ਨੰਬਰ ਤਾਂ ਆਉਂਦਾ ਨਾ ਲਿਖਿਆ ਹੋਇਆ ਕਿ ਉਹਨੇ ਆਪਣੀ ਕਿੰਨੀ ਵੀਡੀਓਜ਼ ਪੋਸਟ ਕੀਤੀਆਂ ਨੇ। ਮਤਲਬ ਤੁਸੀਂ ਯੂਜ਼ ਕਰਦੇ ਹੋ, ਦੇਖਦੇ ਹੋ ਟਿਕਟੋਕ ਦੀਆਂ ਵੀਡੀਓਜ਼ ਨੂੰ? ਬਟ ਯੂ ਨੋ ਯੂ ਕੈਨ ਸੀ ਇਟ ਔਨ ਇੰਸਟਾਗ੍ਰਾਮ ਨਾ, ਟਿਕਟੋਕ ਐਪ ਨਾ ਹੋਏ ਉਹਦੇ ਨਾਲ ਕੀ ਫਰਕ ਪੈਂਦਾ, ਸਭ ਜਗ੍ਹਾ ਇਨਫੋਰਮੇਸ਼ਨ ਅਵੇਲੇਬਲ। ਸਰਕਾਰ ਦੇ ਫੈਸਲੇ ਨਾਲ ਸਹਿਮਤ ਹੋ ਟਿਕਟੋਕ ਬੈਨ ਕਰ ਦਿੱਤਾ? ਬਿਲਕੁਲ ਬਿਲਕੁਲ। ਅੱਛਾ, ਟਿਕਟੋਕ ਨੂੰ ਛੱਡ ਕੇ ਹੋਰ ਸੋਸ਼ਲ ਨੈਟਵਰਕਿੰਗ ਸਾਈਟ 'ਤੇ ਨੌਜਵਾਨ ਬਿਜ਼ੀ ਰਹਿੰਦੇ ਨੇ ਅੱਜ ਦੀ ਡੇਟ ਦੇ ਵਿੱਚ, ਸ਼ਾਇਦ ਜਿਹੜੇ ਕੰਮ ਕਰਦੇ ਨੇ ਉਹਨਾਂ ਕੋਲ ਤਾਂ ਸਮਾਂ ਹੀ ਨਹੀਂ, ਜਿਹੜੇ ਬਿਜ਼ੀ ਰਹਿੰਦੇ ਨੇ ਉਹ ਕਹਿੰਦੇ ਨੇ ਟਾਈਮ ਪਾਸ ਹੋ ਰਿਹਾ, ਅਤੇ ਸੋਸ਼ਲ ਨੈਟਵਰਕਿੰਗ ਸਾਈਟ ਟਾਈਮ ਪਾਸ ਦੇ ਲਈ ਹੈ? ਟਾਈਮ ਪਾਸ ਦੇ ਲਈ ਹਾਂ, ਮਤਲਬ ਬਿਕੋਜ਼ ਉਹਦੇ ਵਿੱਚ ਇੱਦਾਂ ਹੈ ਕਿ ਬੰਦਾ ਆਪਣੀ ਪਰਸਨੈਲਿਟੀ ਬੰਦਾ ਸ਼ੋਅ ਕਰਨਾ ਚਾਹੁੰਦਾ ਕਿ ਅਸੀਂ ਕੀ ਕਰ ਰਹੇ ਹਾਂ, ਬਟ ਜ਼ਿਆਦਾ ਓਵਰ ਯੂਜ਼ ਹਰ ਚੀਜ਼ ਦੀ ਐਡਿਕਸ਼ਨ ਹੁੰਦੀ ਹੈ ਜੋ ਕਿ ਬੈਟਰ ਨਹੀਂ ਹੈ, ਕਿਸੇ ਵੀ ਤਰੀਕੇ ਦੀ ਕਿਸੇ ਵੀ ਐਡਿਕਸ਼ਨ ਇਜ਼ ਨੋਟ ਗੁੱਡ। ਪਬਜੀ ਖੇਡਦੇ ਹੋ? ਨੋ, ਆਈ ਹੇਟ ਪਬਜੀ 2, ਆਈ ਹੇਟ ਪਬਜੀ 2। ਬੈਨ ਹੋਣੀ ਚਾਹੀਦੀ ਪਬਜੀ? ਬਿਲਕੁਲ ਬਿਲਕੁਲ ਬੈਨ ਹੋਣੀ ਚਾਹੀਦੀ ਹੈ, ਅੱਜ ਕੱਲ੍ਹ ਸਭ ਦਾ ਦਿਮਾਗ ਖਰਾਬ ਹੋ ਰਿਹਾ ਪਬਜੀ 'ਤੇ। ਤੁਸੀਂ ਖੇਡਦੇ ਹੋ? ਨਾ, ਆਈ ਡੋਂਟ ਲਾਈਕ ਇਟ, ਮੈਨੂੰ ਤਾਂ ਦੇਖਣੀ ਵੀ ਨਹੀਂ ਪਸੰਦ ਪਬਜੀ, ਕੋਈ ਖੇਡ ਵੀ ਰਿਹਾ। ਅੱਛਾ, ਹੋਰ ਕਿਹੜੀ ਕਿਹੜੀ ਨੈਟਵਰਕਿੰਗ ਸਾਈਟ ਦੇ ਉੱਤੇ, ਸੋਸ਼ਲ ਮੀਡੀਆ 'ਤੇ ਤੁਸੀਂ ਹੈਗੇ ਹੋ? ਆਈ ਐਮ ਜਸਟ ਔਨ ਇੰਸਟਾਗ੍ਰਾਮ ਔਰ ਵਟਸਐਪ ਹੋ ਗਿਆ। ਉਹਦਾ ਕੀ ਫਾਇਦਾ ਫਿਰ? ਉਹਦਾ ਫਾਇਦਾ ਤਾਂ ਕੁਛ ਨਹੀਂ ਹੈ, ਮਤਲਬ ਬਟ ਓਵਰ ਯੂਜ਼ ਨਾ ਕਰੋ, ਨੋਰਮਲ ਰੱਖੋ। ਟਿਕਟੋਕ ਤਾਂ ਹਰ ਕੋਈ ਬਣਾਉਣ ਲੱਗ ਗਿਆ ਸੀ, ਲਿਟਰਲੀ ਹਰ ਕੋਈ, ਹਰ ਸੈਕਿੰਡ ਬੰਦਾ ਟਿਕਟੋਕ ਬਣਾ ਰਿਹਾ ਸੀ। ਐਂਡ ਇੰਸਟਾਗ੍ਰਾਮ ਇਜ਼ ਲਾਈਕ, ਤੁਸੀਂ ਉੱਥੇ ਆਪਣੀ ਕ੍ਰੀਏਟੀਵਿਟੀ ਸ਼ੋਅ ਕਰ ਸਕਦੇ ਹੋ, ਤੁਸੀਂ ਆਪਣੀ ਚੀਜ਼ ਪ੍ਰੈਜ਼ੈਂਟ ਕਰਦੇ ਹੋ। ਨਹੀਂ, ਉਹ ਤਾਂ ਟਿਕਟੋਕ 'ਤੇ ਵੀ ਕੀਤੀ ਜਾ ਸਕਦੀ ਹੈ ਕ੍ਰੀਏਟੀਵਿਟੀ, ਪਰ ਉਹ ਤਾਂ ਪੁਰਾਣੀਆਂ ਚੀਜ਼ਾਂ ਨੂੰ ਯੂਜ਼ ਕਰਕੇ ਹੋ ਰਿਹਾ ਨਾ। ਯੂ ਆਰ ਯੂਜ਼ਿੰਗ ਓਲਡ ਡਾਇਲੋਗਸ, ਯੂ ਆਰ ਯੂਜ਼ਿੰਗ ਓਲਡ ਸੌਂਗਸ, ਦੇਰ ਇਜ਼ ਨਥਿੰਗ ਨਿਊ। ਇੰਸਟਾਗ੍ਰਾਮ 'ਤੇ ਨਵਾਂ ਕੀ ਹੈ ਫਿਰ? ਇੰਸਟਾਗ੍ਰਾਮ 'ਤੇ ਨਵਾਂ ਕੁਛ ਨਹੀਂ ਹੈ, ਬਟ ਯੂ ਨੋ ਤੁਸੀਂ ਆਪਣੀ ਚੀਜ਼ ਦਿਖਾ ਰਹੇ ਹੋ ਕਿ ਅਸੀਂ ਇਹ ਚੀਜ਼ ਕੀਤੀ, ਅਸੀਂ ਇਹ ਚੀਜ਼ ਕ੍ਰੀਏਟ ਕੀਤੀ, ਅਸੀਂ ਇਸ ਤਰੀਕੇ ਨਾਲ ਪਿਕਚਰ ਪੋਸਟ ਕੀਤੀ ਹੈ, ਐਂਡ ਦੈਟਸ ਡਿਫਰੈਂਟ। ਬਹੁਤ ਬਹੁਤ ਧੰਨਵਾਦ। ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਟਿਕਟੋਕ ਨੂੰ ਬੈਨ ਕਰਨ ਦੀ ਰਾਏ ਦੇ ਨਾਲ, ਇਹ ਵੀ ਸਹਿਮਤ ਨੇ, ਅਤੇ ਨਾਲ ਦੀ ਨਾਲ ਹੋਰ ਜਿਹੜੀਆਂ ਨੈਟਵਰਕਿੰਗ ਸਾਈਟ ਨੇ ਉਹਨਾਂ ਨੂੰ ਵੀ ਬੈਨ ਕਰਨ ਦੀ ਗੱਲ ਕਰ ਰਹੇ ਨੇ। ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ, ਅਤੇ ਕੁਝ ਹੋਰ ਨੌਜਵਾਨ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਟਿਕਟੋਕ ਨੂੰ ਬੈਨ ਕਰਨਾ ਕਿੰਨਾ ਸਹੀ ਹੈ ਜਾਂ ਕਿੰਨਾ ਗਲਤ। ਇਸ ਤੋਂ ਇਲਾਵਾ ਵੀ ਜਿਹੜੀਆਂ ਹੋਰ ਸੋਸ਼ਲ ਨੈਟਵਰਕਿੰਗ ਸਾਈਟ ਨੇ ਉਹਨਾਂ ਦੇ ਉੱਤੇ ਵੀ ਨੌਜਵਾਨ ਕਾਫੀ ਰੁੱਝੇ ਰਹਿੰਦੇ ਨੇ, ਉਹਨਾਂ ਦੇ ਰੁਝੇਵਿਆਂ ਬਾਰੇ ਵੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੀ ਨਾਮ ਹੈ ਜੀ? ਰਮਨ ਸਿੱਧੂ ਬਾਈ। ਅੱਛਾ ਰਮਨ, ਟਿਕਟੋਕ ਨੂੰ ਬੈਨ ਕਰ ਦਿੱਤਾ ਗਿਆ, ਪਤਾ ਹੈ? ਹਾਂਜੀ ਹਾਂਜੀ ਸਰ। ਟਿਕਟੋਕ ਹੈ ਕੀ ਅਸਲ ਮਾਇਨੇ ਦੇ ਵਿੱਚ? ਟਿਕਟੋਕ ਐਪ ਹੈ ਜੀ ਇੱਕ, ਜਿਹਤੇ ਆਪਾਂ ਇੱਕ ਵੀਡੀਓ ਆਪਦੀ ਬਣਾ ਕੇ ਪਾ ਸਕਦੇ ਹਾਂ, ਕੁਛ ਵੀ ਗਾਣੇ 'ਤੇ ਜਾਂ ਕੁਛ ਵੀ ਉਹਦੇ 'ਤੇ ਆਪਾਂ ਐਕਟਿੰਗ ਕਰ ਸਕਦੇ ਹਾਂ। ਤੁਸੀਂ ਵਰਤਦੇ ਹੋ ਟਿਕਟੋਕ ਨੂੰ? ਨਹੀਂ, ਮੈਂ ਨਹੀਂ ਵਰਤੀ ਜੀ। ਕਿਵੇਂ ਪਤਾ ਲੱਗਿਆ ਵੀ ਉਹਨਾਂ ਦੇ ਉੱਤੇ ਵੀਡੀਓ ਪਾਈ ਜਾ ਸਕਦੀ? ਫਿਰ ਮੈਨੂੰ ਦੇਖਦੇ ਵਟਸਐਪ 'ਤੇ ਆਉਂਦੀਆਂ ਰਹਿੰਦੀਆਂ ਵੀਡੀਓ, ਵਟਸਐਪ 'ਤੇ ਸ਼ੇਅਰ ਕਰਦੇ। ਅੱਛਾ, ਪਤਾ ਹੋਣਾ ਕਿ ਬੈਨ ਕਰ ਦਿੱਤੀ ਗਈ ਹੈ ਨਾ, ਬੈਨ ਹੋਣ ਦੇ ਨਾਲ ਕੀ ਫਾਇਦਾ ਹੋਇਆ ਜਾਂ ਨੁਕਸਾਨ? ਫਾਇਦਾ ਹੀ ਹੋਇਆ ਜੀ, ਜਿਹੜਾ ਵਿਹਲਾ ਬੰਦਾ ਸਾਰਾ ਦਿਨ ਇਹਦੇ 'ਤੇ ਲੱਗੇ ਰਹਿੰਦਾ, ਕੋਈ ਹੋਰ ਕੰਮ ਧੰਦਾ ਕਰ ਲੂਗਾ ਉਹਦਾ, ਕੋਈ ਪੜ੍ਹਾਈ ਲਿਖਾਈ ਕਰ ਲੈਂਦਾ ਬੱਚਾ, ਜਾਂ ਕੋਈ ਕੰਮ ਵਾਲਾ ਕੋਈ ਕੰਮ 'ਤੇ ਚਲਾ ਜਾਂਦਾ, ਵੀ ਇਹਦਾ ਹੈ ਨਹੀਂ ਕੋਈ ਬੈਨੀਫਿਟ, ਤਾਂ ਕੋਈ ਇਹਦਾ ਹੈ ਨਹੀਂ, ਨੁਕਸਾਨ ਹੀ ਹੈ ਜੀ। ਅੱਛਾ, ਟਿਕਟੋਕ ਨੂੰ ਤਾਂ ਬੈਨ ਕਰ ਦਿੱਤਾ ਗਿਆ, ਇਸ ਤੋਂ ਇਲਾਵਾ ਹੋਰ ਜਿਹੜੀਆਂ ਸੋਸ਼ਲ ਨੈਟਵਰਕਿੰਗ ਸਾਈਟ ਨੇ, ਚਾਹੇ ਪਬਜੀ ਦੀ ਗੱਲ ਕਰ ਲਈਏ, ਗੇਮ ਖੇਡੀ ਜਾਂਦੀ ਹੈ, ਇਸ ਦੇ ਵੀ ਕਾਫੀ ਵਿਰੋਧ ਦੇ ਵਿੱਚ ਲੋਕਾਂ ਨੇ ਆਵਾਜ਼ ਚੁੱਕੀ ਹੈ, ਕੀ ਲੱਗ ਰਿਹਾ ਕਿ ਇਹਨਾਂ ਜਿਹੜੀਆਂ ਹੋਰ ਨੈਟਵਰਕਿੰਗ ਸਾਈਟ ਨੇ ਉਹਨਾਂ ਨੂੰ ਬੈਨ ਕਰ ਦੇਣਾ ਚਾਹੀਦਾ? ਪਬਜੀ ਨੂੰ ਤਾਂ ਬਿਲਕੁਲ ਕਰਨਾ ਚਾਹੀਦਾ ਜੀ, ਇਨਡੋਰ ਗੇਮ ਹੈ, ਬੱਚਾ ਬਾਹਰ ਜਾਂਦੇ ਨਹੀਂ, ਅੱਜ ਕੱਲ੍ਹ ਤਾਂ ਘਰ ਬੈਠੇ ਸਾਰਾ ਦਿਨ ਟਾਈਮ ਪਾਸ ਹੋ ਜਾਂਦਾ ਜੀ ਇਹਨਾਂ ਦਾ,
ਕਿਤੇ ਨਾ ਕਿਤੇ ਇਹ ਵੀ ਮੰਨਦੇ ਹੋ ਲੋਕਾਂ ਨੂੰ ਮੌਕਾ ਵੀ ਮਿਲਿਆ ਨੌਜਵਾਨਾਂ ਨੂੰ? ਟੈਲੈਂਟ ਤਾਂ ਅੱਜ ਕੱਲ੍ਹ ਯੂਨੀਵਰਸਿਟੀਆਂ 'ਚ ਕਲਚਰ ਪ੍ਰੋਗਰਾਮ ਹੁੰਦੇ ਆ ਜੀ, ਕਾਲਜਾਂ 'ਚ ਹੁੰਦੇ ਆ, ਸਕੂਲ ਠੀਕ ਆ, ਜਿਹੜੇ ਯੂਨੀਵਰਸਿਟੀ ਤੱਕ ਨਹੀਂ ਪਹੁੰਚ ਸਕਦੇ ਘਰਾਂ ਤੱਕ ਨੇ, ਪੇਂਡੂ ਖੇਤਰ ਦੇ ਲੋਕ ਨੇ, ਕੰਮਾਂ ਕਾਰਾਂ ਦੇ ਵਿੱਚ ਫਸੇ ਹੋਏ ਨੇ, ਉਹਨਾਂ ਦੇ ਲਈ ਨਹੀਂ, ਮੈਂ ਤਾਂ ਨਹੀਂ ਬਣਦਾ ਜੀ ਵੀ ਇਹਦੇ ਨਾਲ ਕੋਈ ਟੈਲੈਂਟ ਬਾਹਰ ਆ ਕੇ ਅੱਜ ਤੱਕ ਦੇਖਿਆ ਕੋਈ ਐਕਟਰ ਬਣਿਆ ਟਿਕਟੋਕ ਤੋਂ, ਕੋਈ ਐਕਟਰ ਬਣ ਗਿਆ ਹੋਵੇ ਜਾਂ ਕੋਈ ਸਿੰਗਰ ਬਣ ਗਿਆ ਹੋਵੇ ਟਿਕਟੋਕ ਥਰੂ? ਕੌਨਫੀਡੈਂਸ ਲੈਵਲ, ਕੌਨਫੀਡੈਂਸ ਲੈਵਲ ਤਾਂ ਹੋਰ ਬਹੁਤ ਚੀਜ਼ਾਂ ਜੀ ਕੌਨਫੀਡੈਂਸ ਲੈਵਲ ਇੰਪਰੂਵ ਕਰਨ ਲਈ। ਕਿਹੜੀ ਕਿਹੜੀ? ਲਾਈਕ ਮਤਲਬ ਜਿੱਥੇ ਵੀ ਆਪਾਂ ਜੇ ਕਿਸੇ ਸਮਾਜ 'ਚ ਵਿਚਰਦੇ ਹਾਂ ਉੱਥੇ ਕੁਛ ਵੀ ਐਕਟੀਵਿਟੀ ਕਰੋ ਆਪਦੀ, ਬਾਹਰ ਨਿਕਲ ਕੇ ਕਰੋ, ਸਾਰਿਆਂ ਨੂੰ ਪਤਾ ਲੱਗਦਾ ਵੀ ਇਹ 'ਚ ਹੈਗਾ, ਜ਼ਰੂਰੀ ਤਾਂ ਨਹੀਂ ਵੀ ਇਹ ਇੱਕ ਟਿਕਟੋਕ ਹੀ ਇੱਕ ਜ਼ਰੀਆ ਦਾ। ਤੁਸੀਂ ਕਿਹੜੀ ਕਿਹੜੀ ਸੋਸ਼ਲ ਨੈਟਵਰਕਿੰਗ ਸਾਈਟ ਵਰਤਦੇ ਹੋ? ਫੇਸਬੁੱਕ, ਇੰਸਟਾਗ੍ਰਾਮ ਹੈ ਜੀ। ਇਹਦੇ ਕੀ ਫਾਇਦੇ ਕੀ ਨੁਕਸਾਨ? ਇਹ ਦੋਨੇ ਚੀਜ਼ਾਂ ਜੇ ਚੰਗੇ ਤੌਰ 'ਤੇ ਦੇਖੀਏ ਤਾਂ ਨਾ ਫਰੈਂਡਲੀ ਆਪਾਂ ਇੱਕ ਤਰ੍ਹਾਂ ਦਾ ਵਧੀਆ ਆਪਣਾ ਸਰਕਲ ਬਣਦਾ, ਫਰੈਂਡਲੀ ਗੱਲਬਾਤ ਹੋ ਜਾਂਦੀ ਹੈ, ਵੀਡੀਓ ਕਾਲ ਅੱਜ ਕੱਲ੍ਹ ਚੱਲਦੀਆਂ, ਜਿਵੇਂ ਜਿੱਦਾਂ ਟਾਈਮ ਨਹੀਂ ਲੱਗਦਾ ਕਿਤੇ ਜਾਣ ਦਾ ਤਾਂ ਵੀਡੀਓ ਕਾਲ ਥਰੂ ਆਪਾਂ ਇੱਕ ਦੂਜੇ ਨੂੰ ਮਿਲਵਰਤਨ ਕਰ ਸਕਦੇ ਹਾਂ। ਦੋਨੇ ਚੀਜ਼ਾਂ ਨੁਕਸਾਨ ਵੀ ਹੈ ਫਾਇਦੇ ਵੀ ਹੈ। ਤੁਸੀਂ ਕਿਹੜੀ ਕਿਹੜੀ ਸੋਸ਼ਲ ਨੈਟਵਰਕਿੰਗ ਸਾਈਟ ਦੇ ਉੱਤੇ ਬਿਜ਼ੀ ਰਹਿੰਦੇ ਹੋ? ਮੈਂ ਤਾਂ ਫੇਸਬੁੱਕ ਅਤੇ ਇੰਸਟਾਗ੍ਰਾਮ ਹੀ ਚਲਾਉਂਦਾ ਜੀ। ਇਹਦੇ ਕੀ ਫਾਇਦੇ ਅਤੇ ਨੁਕਸਾਨ ਹੈ? ਦੇਖੋ ਫੇਸਬੁੱਕ ਦਾ ਤਾਂ ਫਾਇਦਾ ਸਭ ਤੋਂ ਪਹਿਲਾਂ ਇਹ ਆ ਵੀ ਨਿਊਜ਼, ਜਿਵੇਂ ਅਸੀਂ ਹੁਣ ਵੀ ਬੈਠੇ ਨਿਊਜ਼ ਹੀ ਦੇਖ ਰਹੇ ਸੀਗੇ, ਲਾਈਵ ਚੱਲ ਰਿਹਾ, ਸਾਨੂੰ ਕੋਈ ਟੀ ਵੀ 'ਤੇ ਉੱਪਰ ਦੇਖਣ ਦੀ ਲੋੜ ਨਹੀਂ, ਆਪਾਂ ਮੋਬਾਈਲ 'ਤੇ ਦੇਖ ਸਕਦੇ ਹਾਂ ਫੇਸਬੁੱਕ ਦੇ ਉੱਪਰ ਨਿਊਜ਼ ਜੀ, ਕੋਈ ਵੀ ਅਪਡੇਟ ਆ ਰਹੀ ਆ ਸਾਰੀਆਂ ਖਬਰਾਂ ਆਪਾਂ ਨੂੰ ਫੇਸਬੁੱਕ ਉੱਪਰ ਮਿਲ ਜਾਂਦੀਆਂ। ਇੰਸਟਾਗ੍ਰਾਮ ਤਾਂ ਜਿਵੇਂ ਆਪਣੇ ਕੋਈ ਫੈਮਿਲੀ ਫਰੈਂਡ ਨੇ ਉਹਨਾਂ ਨਾਲ ਆਪਾਂ ਇਨ ਟੱਚ ਰਹਿ ਸਕਦੇ ਹਾਂ, ਇਸ ਲਈ ਉਹ ਆਪਾਂ ਬੰਦੇ ਨੇ ਵਰਤਣ ਦੇ ਸਿਰ 'ਤੇ ਆ ਕਿੰਨੀ ਕੁ ਵਰਤਣੀ ਆ, ਕਿੰਨੀ ਕੁ ਜ਼ਿਆਦਾ ਵਰਤਣੀ ਆ। ਅੱਛਾ, ਟਿਕਟੋਕ ਨੂੰ ਬੈਨ ਕਰਨ ਦੇ ਵਿੱਚ ਇੱਕ ਕਾਰਨ ਇਹ ਵੀ ਦੱਸਿਆ ਕਿ ਇਹਦੇ ਉੱਤੇ ਅਸ਼ਲੀਲਤਾ ਫੈਲ ਰਹੀ ਸੀ, ਜਿਸ ਕਾਰਨ ਇਸਦਾ ਵਿਰੋਧ ਕੀਤਾ ਗਿਆ ਅਤੇ ਬੈਨ ਕਰ ਦਿੱਤੀ ਗਈ। ਲੱਗ ਰਿਹਾ ਕਿ ਅਸ਼ਲੀਲਤਾ ਇਸ ਦੇ ਨਾਲ ਫੈਲ ਰਹੀ ਹੈ? ਨਹੀਂ, ਐਕਚੁਲੀ ਮੈਂ ਤਾਂ ਜ਼ਿਆਦਾ ਯੂਜ਼ ਨਹੀਂ ਕੀਤੀ, ਮੈਂ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਇਸ ਤਰ੍ਹਾਂ ਫਰੈਂਡਸ ਤੋਂ ਹੀ ਸੁਣਿਆ ਗਾ, ਜੇ ਇਸ ਤਰ੍ਹਾਂ ਹੋ ਰਿਹਾ ਤਾਂ ਇਹ ਬਹੁਤ ਗਲਤ ਗੱਲ ਹੈਗੀ। ਯੂਥ ਨੂੰ ਕੋਈ ਹੋਰ ਕੰਮ ਬਹੁਤ ਨੇ ਕਰਨ ਨੂੰ, ਪੜ੍ਹ ਲੈਣਾ ਆਪਦਾ, ਕੋਈ ਖੇਡ ਖੇਡ ਲੈਣ, ਸਾਰਾ ਦਿਨ ਇਸੇ 'ਤੇ ਬਿਜ਼ੀ ਹੋਏ ਰਹਿਣਾ ਤਾਂ ਕੋਈ ਟੈਲੈਂਟ ਦੇ ਵਾਲੀ ਗਲਤ ਲੱਗਦੀ ਨਹੀਂ ਜੀ ਇਹ। ਜੀ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਮੇਰਾ ਅਜੇਪਾਲ। ਅੱਛਾ ਅਜੇਪਾਲ, ਟਿਕਟੋਕ ਨੂੰ ਬੈਨ ਕਰ ਦਿੱਤਾ ਗਿਆ, ਇਸ ਦੇ ਨਾਲ ਹੀ ਪਬਜੀ ਨੂੰ ਵੀ ਬੈਨ ਕਰਨ ਦੀ ਮੰਗ ਉੱਠਦੀ ਰਹੀ ਹੈ। ਪਹਿਲਾਂ ਟਿਕਟੋਕ ਦੀ ਗੱਲ ਕਰ ਲੈਂਦੇ ਹਾਂ, ਟਿਕਟੋਕ ਨੂੰ ਬੈਨ ਕਿਉਂ ਕੀਤਾ ਗਿਆ ਅਤੇ ਇਹਦੇ ਕੀ ਫਾਇਦੇ ਨੇ ਅਤੇ ਜਾਂ ਕੀ ਨੁਕਸਾਨ ਨੇ? ਦੇਖੋ ਜੀ, ਟਿਕਟੋਕ ਜੇ ਮਤਲਬ ਗੌਰਮੈਂਟ ਨੇ ਬੈਨ ਕੀਤੀ ਹੈ ਤਾਂ ਇਹਦੇ 'ਚ ਮਤਲਬ ਫਾਇਦਾ ਹੀ ਹੈ ਯੂਥ, ਕਿਉਂਕਿ ਮੈਂ ਤਾਂ ਵੈਸੇ ਚਲਾਈ ਨਹੀਂ ਕਦੇ ਵੀ, ਮਤਲਬ ਬੇਸਿਕਲੀ ਜਿਵੇਂ ਸਨੈਪਚੈਟ 'ਤੇ ਸਟੋਰੀ ਪਾਤੀ ਟਿਕਟੋਕ ਦੀ ਜਾਂ ਇੰਸਟਾ 'ਤੇ ਪਾਤੀ ਵੀ ਡੱਬਸ ਮੈਸੇਜ ਕਰਕੇ ਵੀ ਕੋਈ ਡਾਇਲੋਗ ਜਾਂ ਐਵੇਂ, ਮਤਲਬ ਵੀ ਬੇਫਾਲਤੂ ਦਾ ਫਜ਼ੂਲ ਕੰਮ ਹੀ ਸੀ ਟਿਕਟੋਕ ਵੈਸੇ, ਅਤੇ ਬੈਨ ਕਰਤੀ ਤਾਂ ਵਧੀਆ ਕੰਮ ਆ ਜੇ ਇਹ 'ਚ ਮਤਲਬ ਬੈਨ ਹੋ ਗਈ ਹੈ ਇਹ, ਕਿਉਂਕਿ ਕੋਈ ਫਾਇਦਾ ਤਾਂ ਹੈ ਨਹੀਂ ਜਿਸ ਚੀਜ਼ ਦਾ ਕੋਈ। ਮਤਲਬ ਗੱਲ ਸਮਝ ਨਹੀਂ ਲੱਗਦੀ, ਮੈਂ ਜਿੰਨੇ ਨੌਜਵਾਨਾਂ ਨਾਲ ਗੱਲ ਕੀਤੀ ਹੈ, ਚਾਹੇ ਕੁੜੀਆਂ ਹੋਣ ਚਾਹੇ ਮੁੰਡੇ, ਸਾਰਿਆਂ ਨੇ ਇੱਕੋ ਜਵਾਬ ਦਿੱਤਾ ਵੀ ਮੈਂ ਟਿਕਟੋਕ ਨਹੀਂ ਚਲਾਉਂਦੀ। ਫਿਰ ਇੰਨੇ ਯੂਜ਼ਰਸ ਟਿਕਟੋਕ ਦੇ ਕਿੱਥੋਂ ਆ ਗਏ? ਆਹ ਦੇਖ ਲਓ ਮੇਰਾ ਫੋਨ, ਮੈਂ ਤਾਂ ਕਦੇ ਚਲਾਈ ਨਹੀਂ ਟਿਕਟੋਕ, ਕਦੇ ਨਹੀਂ ਚਲਾਈ। ਇੰਸਟਾ ਵਗੈਰਾ ਹੈਗਾ, ਫੇਸਬੁੱਕ ਹੈਗੀ ਆ, ਪਰ ਉਹ 'ਤੇ ਮੈਂ ਮੰਨਦਾਗਾ ਵੀ ਦੋ ਦੋ ਘੰਟੇ ਬੈਠੇ ਰਹੀਦਾ ਇੰਸਟਾ 'ਤੇ ਵੀ ਬੇਫਾਲਤੂ ਲੰਘ ਜਾਂਦਾ ਟਾਈਮ, ਵੀ ਮਤਲਬ ਬ੍ਰੇਨ ਵਾਸ਼ ਕਰਦਾ ਟੋਟਲੀ ਮੋਬਾਈਲ। ਐਕਚੁਲੀ ਜਿਹੜੀਆਂ ਸੋਸ਼ਲ ਨੈਟਵਰਕਿੰਗ ਸਾਈਟਸ ਜਿੰਨੀਆਂ ਵੀ ਬਣ ਰਹੀਆਂ ਨੇ, ਜਿਵੇਂ ਵੀ ਮਤਲਬ ਐਵੋਲਿਊਸ਼ਨ ਹੋ ਰਿਹਾ ਇਲੈਕਟ੍ਰੋਨਿਕਸ ਦਾ, ਮਤਲਬ ਇਹ ਕਿਸੇ ਹੱਦ ਤੱਕ ਮਾੜਾ ਹੀ ਹੈ ਜੀ। ਪਰ ਸਾਰਾ ਸਾਰਾ ਦਿਨ ਬੈਠਣਾ ਵੀ ਤਾਂ ਆਪਣੇ ਹੱਥ ਦੇ ਵਿੱਚ, ਅਸੀਂ ਥੋੜ੍ਹਾ ਟਾਈਮ ਦੇ ਕੇ ਕਿਸੇ ਹੋਰ ਕੰਮ ਵੀ ਕੀਤਾ ਜਾ ਸਕਦਾ ਹੈ, ਪਰ ਮਤਲਬ ਹੁਣ ਕੀ ਕਰੀਏ, ਮਤਲਬ ਜਦੋਂ ਬੰਦਾ ਫਸਦਾ ਜਾਂਦਾ ਇਸ ਚੀਜ਼ 'ਚ ਫਿਰ ਨਿਕਲਿਆ ਬਹੁਤ ਔਖਾ ਜਾਂਦਾ ਨਾ। ਫਿਰ ਇਹਦਾ ਮਤਲਬ ਬਾਕੀ ਸੋਸ਼ਲ ਨੈਟਵਰਕਿੰਗ ਸਾਈਟ ਵੀ ਬੰਦ ਕਰ ਦੇਣੀ ਚਾਹੀਦੀਆਂ? ਹਾਂ, ਕਿਸੇ ਹੱਦ ਤੱਕ ਘਟਾਉਣੀਆਂ ਚਾਹੀਦੀਆਂ, ਮਤਲਬ ਕੁਛ ਟਾਈਮ ਹੋਣਾ ਚਾਹੀਦਾ ਜੀ, ਮਤਲਬ ਕਿਉਂਕਿ ਹੁਣ ਦੇਖੋ ਚਾਈਨਾ ਵਰਗੇ ਦੇਸ਼ਾਂ 'ਚ ਤਾਂ ਮਤਲਬ ਇੰਟਰਨੈਟ ਅਡਿਕਸ਼ਨ, ਅਤੇ ਉਹਨਾਂ ਨੂੰ ਪ੍ਰੋਪਰ ਗਾਈਡ ਵੀ ਕਰਦੇ ਹੈਗੇ, ਹੁਣ ਇੰਡੀਆ 'ਚ ਵੀ ਇਹੋ ਜਿਹਾ ਕੁਛ ਹੋਵੇ, ਕਿਉਂਕਿ ਅਡਿਕਸ਼ਨ ਹੀ ਇੰਨੀ ਮਾੜੀ ਹੈ ਜੀ ਇਹਨਾਂ ਚੀਜ਼ਾਂ ਦੀ, ਵੀ ਫਾਇਦਾ ਤਾਂ ਵੈਸੇ ਹੈ ਨਹੀਂ, ਕੱਢਣ ਪਾਉਣ ਦਾ ਕੁਛ ਹੈ ਨਹੀਂ ਇਹਨਾਂ ਚੀਜ਼ਾਂ 'ਚ, ਵੈ ਬਸ ਵਾਧੂ ਦਾ, ਕਿਉਂਕਿ ਇਹ ਯੂਥ ਕਰਕੇ ਹੀ ਆ, ਜਦੋਂ ਥੋੜ੍ਹੇ ਟੀਨੇਜ 'ਚ ਥੋੜ੍ਹਾ ਜਿਹਾ ਜ਼ਿਆਦਾ ਇਹਦਾ ਹੁੰਦਾ, ਜਿਵੇਂ ਆਪਾਂ ਹੁਣ ਉੱਧਰ ਪੰਜਾਬ ਸਰਕਾਰ ਦੇ ਵੱਲੋਂ ਵੀ ਵਟਸਐਪ ਨੂੰ ਬੈਨ ਕਰ ਦਿੱਤਾ ਗਿਆ, ਹਾਲਾਂਕਿ ਵਾਪਸ ਜਿਹੜੇ ਆਦੇਸ਼ ਲੈ ਲਏ ਸੀ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਵਟਸਐਪ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ, ਪਰ ਹਾਲਾਂਕਿ ਵਾਪਸ ਲੈ ਲਿਆ। ਕੀ ਲੱਗਦਾ ਕਿ ਇਹੋ ਜਿਹੇ ਸਟੈਪ ਰਾਜ ਪੱਧਰ ਦੇ ਉੱਤੇ ਸੂਬੇ ਸਰਕਾਰਾਂ ਨੂੰ ਚੱਕਣੇ ਚਾਹੀਦੇ ਨੇ ਆਪਣੇ ਸੂਬੇ ਦੇ ਨੌਜਵਾਨਾਂ ਨੂੰ ਬਚਾਉਣ ਦੇ ਲਈ? ਹਾਲਾਂਕਿ ਕੁਝ ਨੌਜਵਾਨ ਕਹਿ ਰਹੇ ਨੇ ਕਿ ਨੌਕਰੀਆਂ ਤਾਂ ਦਿੱਤੀਆਂ ਨਹੀਂ, ਫਿਰ ਟਿਕਟੋਕ ਹੀ ਚਲਾਉਣੀ ਹੈ। ਐਕਚੁਲੀ ਇਹ ਸਾਰੀਆਂ ਗੱਲਾਂ ਰਲ ਜਾਂਦੀਆਂ ਜੀ, ਸਰਕਾਰ ਦਾ ਵੀ ਇਸ 'ਚ ਪੂਰਾ ਹੱਥ ਹੀ ਹੁੰਦਾ ਗਾ, ਕਿਉਂਕਿ ਸਰਕਾਰ ਵੀ ਯੂਥ ਨੂੰ ਜੇ ਚੱਲ ਨਹੀਂ ਇੰਪਲੋਇਮੈਂਟ ਹੈ ਨਹੀਂ ਤਾਂ ਇਹਨਾਂ ਨੂੰ ਕਿਸ ਹਿਸਾਬ ਨਾਲ ਡਾਈਵਰਟ ਕਰ ਦਈਏ, ਉਹ ਚਲਾ ਦਈਏ, ਐਂ ਕਰ ਦਈਏ, ਇਹ ਸਰਕਾਰਾਂ ਵੀ ਰਲੀਆਂ ਵੀ ਇਹ ਸਭ, ਅਤੇ ਵੇਖਿਆ ਜਾਵੇ ਤਾਂ ਜੇ ਟਿਕਟੋਕ ਬੈਨ ਕੀਤਾ ਤਾਂ ਇਸ 'ਚ ਮਤਲਬ ਮੈਂ ਤਾਂ ਕਹਿੰਦਾ ਵੀ ਚਲ ਕਿਸੇ ਹੱਦ ਤੱਕ ਮਤਲਬ ਚੰਗੇ ਪਾਸੇ ਮਤਲਬ ਇਸ਼ਾਰਾ ਕੀਤਾ ਗਾ ਵੀ ਚੰਗੀ ਗੱਲ ਆ, ਜੇ ਬੈਨ ਹੋ ਗਿਆ ਤਾਂ ਹੋਰ ਵੀ ਜਿੰਨੀਆਂ ਵੀ ਮਤਲਬ ਐਪਸ ਹੈਗੀਆਂ ਜਾਂ ਹੋਰ ਜਿਹੜੇ ਵਿਹਲੇ
ਬੰਦਾ ਵੀ ਘੱਟ ਚਲਾਵੇ ਜੇ ਵੀ ਚੱਲ ਥੋੜ੍ਹੇ ਮਤਲਬ ਸਕਰੋਲ ਕਰਕੇ ਦੇਖ ਲਿਆ ਬੰਦ ਕਰਤਾ ਜੇ ਸਾਰਾ ਚਾਰ ਚਾਰ ਪੰਜ ਪੰਜ ਘੰਟੇ ਉਹਦਾ ਟੋਟਲੀ ਫਿਰ ਬ੍ਰੇਨ ਵਾਸ਼ ਹੋਣ ਵਾਲੀ ਗੱਲ ਹੀ ਹੈ ਨਾ ਜੀ ਕਿਉਂਕਿ ਕਿਤੇ ਨਾ ਕਿਤੇ ਆਪਣੇ ਹੱਥ ਦੇ ਵਿੱਚ ਹੈ ਟਿਕਟੋਕ ਚਲਾਉਣਾ ਜਾਂ ਨਹੀਂ ਚਲਾਉਣਾ ਹੋਰ ਸੋਸ਼ਲ ਨੈਟਵਰਕਿੰਗ ਸਾਈਟ ਆਪਣੇ ਹੱਥ 'ਚ ਹੀ ਆਈ ਇਹ ਕਿਉਂਕਿ ਹੁਣ ਕਿਉਂਕਿ ਮੋਬਾਈਲ ਸਾਰਿਆਂ ਦੇ ਨਾਮ ਦੇ ਕੋਲ ਗੈਜਟ ਸਾਰਿਆਂ ਦੇ ਆਪਦੇ ਆਪਦੇ ਆ ਮੈਂ ਤਾਂ ਕਹਿੰਦਾ ਸੋ ਸਮਰੱਥਾ ਘਟਾਉਂਦਾ ਬੰਦੇ ਦੀ ਸਗੋਂ ਇਦੋਂ ਚੰਗਾ ਬੰਦਾ ਬੁੱਕਸ ਵਗੈਰਾ ਪੜ੍ਹੇ ਕੁਛ ਹੋਰ ਸਵੇਰੇ ਉੱਠ ਕੇ ਰਨਿੰਗ ਵਗੈਰਾ ਮੈਂ ਆਪਦਾ ਤਜਰਬਾ ਕਹਿੰਦਾ ਮਤਲਬ ਵੀ ਸਾਰਾ ਦਿਨ ਮੈਂ ਫੋਨ ਚਲਾਉਂਦਾ ਤਾਂ ਦਿਮਾਗ ਖਰਾਬ ਹੋ ਜਾਂਦਾ ਮਤਲਬ ਵੀ ਸਾਰਾ ਦਿਨ ਸੋਚਦਾ ਨੈਗੇਟਿਵਿਟੀ ਜੀ ਆਈ ਜਾਂਦੀ ਦਿਮਾਗ 'ਚ ਉਹੀ ਜੇ ਬੰਦਾ ਬੁੱਕ ਵਗੈਰਾ ਪੜ੍ਹ ਲਏ ਜਾਂ ਹੋਰ ਉਹਦੇ ਨਾਲ ਮਤਲਬ ਥੋੜ੍ਹਾ ਜਿਹਾ ਫਰੈਸ਼ ਫੀਲ ਹੁੰਦਾ ਮਤਲਬ ਵੀ ਵਾਕਈ ਬਜ਼ੁਰਗਾਂ ਨੇ ਸਹੀ ਕਿਹਾ ਵੀ ਕਿਤਾਬਾਂ ਬੰਦੇ ਦਾ ਹੁੰਦੀਆਂ ਗੀਆਂ ਸਹੀ ਜੀਵਨ ਸਾਥੀ ਦਾ ਮਤਲਬ ਇਹਨਾਂ ਈ ਬੁੱਕਸ ਵਗੈਰਾ ਜਾਂ ਛੱਡ ਕੇ ਜਾਂ ਮੋਬਾਈਲ ਨੂੰ ਛੱਡ ਕੇ ਬੰਦਾ ਜੇ ਬੁੱਕ ਵਗੈਰਾ ਧਿਆਨ ਜ਼ਿਆਦਾ ਦੇਵੇ ਲਿਖਤੀ ਹਾਂ ਤਾਂ ਮਤਲਬ ਥੋੜ੍ਹਾ ਜ਼ਿੰਦਗੀ ਸੌਖੀ ਹੋ ਜਾਏ ਜੀ ਜੀ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਨੌਜਵਾਨਾਂ ਦਾ ਵੀ ਇਹੋ ਕਹਿਣਾ ਹੈ ਕਿ ਸੋਸ਼ਲ ਨੈਟਵਰਕਿੰਗ ਸਾਈਟ ਨੇ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਉਹਨਾਂ ਦੀ ਕਿਤੇ ਨਾ ਕਿਤੇ ਆਪਣੇ ਤੌਰ 'ਤੇ ਹੀ ਵਰਤੋਂ ਘਟਾ ਦੇਣੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਕਿਤਾਬਾਂ ਨੂੰ ਆਪਣਾ ਸਾਥੀ ਮੰਨ ਕੇ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਹਾਲਾਂਕਿ ਜਿਹੜੀਆਂ ਸੋਸ਼ਲ ਨੈਟਵਰਕਿੰਗ ਸਾਈਟ ਨੇ ਉਹਨਾਂ ਤੋਂ ਰੁਝੇਵਾਂ ਘੱਟ ਕਰ ਦੇਣਾ ਚਾਹੀਦਾ ਸੋ ਹੋਰ ਨੌਜਵਾਨਾਂ ਦੇ ਨਾਲ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਇਸ ਸੰਬੰਧੀ ਉਹਨਾਂ ਦੀ ਕੀ ਰਾਏ ਹੈ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਅੱਜ ਗੱਲ ਕਰ ਰਹੇ ਹਾਂ ਟਿਕਟੋਕ ਦੇ ਉੱਤੇ ਸੋਸ਼ਲ ਨੈਟਵਰਕਿੰਗ ਸਾਈਟਾਂ ਦੇ ਉੱਤੇ ਅਤੇ ਨਾਲ ਦੀ ਨਾਲ ਜਿਹੜੀ ਪਬਜੀ ਗੇਮ ਹੈ ਉਹਦੇ ਉੱਤੇ ਵੀ ਨੌਜਵਾਨ ਵਧੇਰੇ ਜਿਹੜੇ ਬਿਜ਼ੀ ਰਹਿੰਦੇ ਨੇ ਨੌਜਵਾਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਟਿਕਟੋਕ ਨੂੰ ਬੈਨ ਕਰਨਾ ਕਿੰਨਾ ਕੁ ਸਹੀ ਹੈ ਜਾਂ ਕਿੰਨਾ ਕੁ ਗਲਤ ਇਸ ਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਕੁਝ ਨੌਜਵਾਨ ਮੌਜੂਦ ਨੇ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਜਸਕਰਨ ਸਿੰਘ ਜੀ ਅੱਛਾ ਜਸਕਰਨ ਪਤਾ ਹੈ ਤੁਹਾਨੂੰ ਕਿ ਟਿਕਟੋਕ ਨੂੰ ਜਿਹੜਾ ਬੈਨ ਕਰ ਦਿੱਤਾ ਗਿਆ ਹਾਂਜੀ ਹਾਂਜੀ ਤੁਸੀਂ ਖੇਡਦੇ ਹੋ ਟਿਕਟੋਕ ਦੀ ਵਰਤੋਂ ਕਰਦੇ ਹੋ ਨਹੀਂ ਨਹੀਂ ਬਿਲਕੁਲ ਵੀ ਨਹੀਂ ਹਜੇ ਤਾਈਂ ਦਾ ਹੈ ਕੀ ਟਿਕਟੋਕ ਵੈਸੇ ਸੋਸ਼ਲ ਸਾਈਟ ਹੈ ਜੀ ਸੋਸ਼ਲ ਸਾਈਟ ਮਤਲਬ ਵੀ ਉਹ ਇੰਟਰਟੇਨਮੈਂਟ ਵਾਸਤੇ ਬਣਾਈ ਸੀਗੀ ਉਹ ਲੋਕ ਗਲਤ ਯੂਜ਼ ਕਰਨ ਲੱਗ ਗਏ ਜਾਂ ਕਈ ਮਤਲਬ ਵਧੀਆ ਵੀ ਸੀਗੇ ਇਹਦੇ ਕਾਰਨ ਹਿੱਟ ਹੋਏ ਮੰਨ ਲਾ ਜਿਨ੍ਹਾਂ ਦੀ ਵਧੀਆ ਸੀ ਐਕਟਿੰਗ ਬਟ ਜਿਹੜੇ ਕੁਛ ਕੁ ਸੀਗੇ ਜਿਵੇਂ ਆਪਦੇ ਜਵਾਕਾਂ ਨੂੰ ਜਿਵੇਂ ਉਹ ਜੇ ਹੁਣ ਤੋਂ ਹੀ ਇਹੋ ਜਿਹਾ ਕੁਛ ਕਰਨ ਲੱਗੇ ਫਿਰ ਉਹ ਪੜ੍ਹਾਈ ਕਰਨੀ ਵੀ ਕੀ ਧਿਆਨ ਦੇਣਗੇ ਜੀ ਤਾਂ ਕਿ ਗਲਤ ਵੀ ਯੂਜ਼ ਹੋਇਆ ਅਤੇ ਸਹੀ ਵੀ ਸੀਗਾ ਵਿੱਚ ਅੱਛਾ ਸਹੀ ਯੂਜ਼ ਕੀ ਹੋ ਸਕਦਾ ਹੈ ਹਾਲਾਂਕਿ ਕੁਝ ਨੌਜਵਾਨ ਕੁਝ ਇਹੋ ਜਿਹੜੇ ਪਰਦੇ ਪਿੱਛੇ ਰਹਿ ਕੇ ਕੰਮ ਕਰਦੇ ਸਨ ਉਹਨਾਂ ਨੂੰ ਪਰਦੇ 'ਤੇ ਆਉਣ ਦਾ ਮੌਕਾ ਮਿਲਿਆ ਲੋਕਾਂ ਨੇ ਉਹਨਾਂ ਨੂੰ ਐਕਸੈਪਟ ਕੀਤਾ ਕਿਤੇ ਨਾ ਕਿਤੇ ਫਾਇਦਾ ਤਾਂ ਹੋਇਆ ਹਾਂਜੀ ਹਾਂਜੀ ਫਾਇਦਾ ਹੋਇਆ ਗਿਆ ਮਤਲਬ ਬਟ ਨੁਕਸਾਨ ਵੀ ਬਹੁਤ ਜ਼ਿਆਦਾ ਹੋਏ ਕੀ ਨੁਕਸਾਨ ਮੰਨਦੇ ਹੋ ਨੁਕਸਾਨ ਜਿਵੇਂ ਮੰਨ ਲਾ ਆਪਾਂ ਦੇਖਿਆ ਵੀ ਜਵਾਕ ਵੀ ਸਾਰੇ ਯੂਜ਼ ਕਰਨ ਲੱਗੇ ਛੋਟੇ ਤੋਂ ਛੋਟਾ ਜਵਾਕ ਕਿਉਂਕਿ ਅੱਜ ਕੱਲ੍ਹ ਮਤਲਬ ਫੋਨ ਦੀ ਯੂਜ਼ ਵਾਲੀ ਹੋਣ ਲੱਗ ਗਈ ਇਹਦੇ ਕਾਰਨ ਮਤਲਬ ਜਵਾਕਾਂ ਨੇ ਹਰੇਕ ਬਣਾਉਣਾ ਚਾਹੁੰਦੇ ਰਿਸੈਪ ਕਲਿੱਪ ਬਣਾ ਲਈ ਕਿਸੇ ਨੇ ਜਵਾਕ ਨਹੀਂ ਪਰ ਜਵਾਕ ਬਹੁਤ ਯੂਜ਼ ਕਰਨ ਲੱਗ ਗਏ ਛੋਟੇ ਵੀ ਅੱਛਾ ਇਸ ਦੇ ਨਾਲ ਹੀ ਇੰਸਟਾਗ੍ਰਾਮ ਹੈ ਫੇਸਬੁੱਕ ਹੈ ਪਬਜੀ ਗੇਮ ਵੀ ਕਾਫੀ ਹਿੱਟ ਹੋਈ ਇਸ ਦੇ ਨਾਲ ਕਈ ਇਹੋ ਜਿਹੇ ਜਿਹੜੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਪਬਜੀ ਗੇਮ ਦੇ ਨਾਲ ਬੈਨ ਕਰਨ ਦੀ ਮੰਗ ਵੀ ਉੱਠਦੀ ਰਹੀ ਹੈ ਕਿ ਲੱਗਦਾ ਕਿ ਪਬਜੀ ਨੂੰ ਵੀ ਬੈਨ ਕਰ ਦੇਣਾ ਚਾਹੀਦਾ ਹਾਂਜੀ ਹਾਂਜੀ ਉਹਦੇ ਪਿੱਛੇ ਲੜਾਈ ਝਗੜੇ ਵੀ ਹੋਣ ਲੱਗ ਗਏ ਸੀਗੇ ਪਿੱਛੇ ਨਿਊਜ਼ ਸੁਣੀ ਸੀ ਉੱਥੇ ਮਤਲਬ ਮਰਡਰ ਵੀ ਕਰਤਾ ਸੀ ਇੱਕ ਮੁੰਡੇ ਨੇ ਜੀ ਮਤਲਬ ਉਹ ਤਾਂ ਪੱਕੀ ਬੈਨ ਕਰਨੀ ਚਾਹੀਦੀ ਨਾਲ ਬਸ ਇਹੋ ਜਿਹੀ ਕੋਈ ਘਟਨਾ ਤਾਂ ਨਹੀਂ ਸੁਣੀ ਮਤਲਬ ਪਬਜੀ ਤਾਂ ਪੱਕੀ ਬੈਨ ਕਰਨੀ ਚਾਹੀਦੀ ਅੱਛਾ ਖੁਦਕੁਸ਼ੀ ਦੀਆਂ ਵੀ ਘਟਨਾਵਾਂ ਪਬਜੀ ਦੇ ਵਿੱਚ ਦੇਖਣ ਨੂੰ ਮਿਲਦੀਆਂ ਰਹੀਆਂ ਨੇ ਹਾਲਾਂਕਿ ਛੋਟੇ ਬੱਚੇ ਇਸਦਾ ਜ਼ਿਆਦਾ ਸ਼ਿਕਾਰ ਨੇ ਕਿ ਲੱਗ ਰਿਹਾ ਕਿ ਇਸ ਗੇਮ ਦਾ ਕਿਤੇ ਨਾ ਕਿਤੇ ਬੱਚਿਆਂ ਦੀ ਮਾਨਸਿਕਤਾ ਦੇ ਉੱਤੇ ਪ੍ਰਭਾਵ ਪੈਂਦਾ ਹਾਂਜੀ ਹਾਂਜੀ ਪੈਂਦਾ ਗਾ ਪੂਰਾ ਹੀ ਪੈਂਦਾ ਲੋਕ ਰੁੱਝ ਗਏ ਸੀ ਜਮ੍ਹਾਂ ਜਵਾਕ ਤੇ ਜੀ ਪਬਜੀ 'ਚ ਕਿਉਂਕਿ ਉਹ ਤਾਂ ਬੈਨ ਜ਼ਰੂਰੀ ਹੈ ਜੀ ਜ਼ਰੂਰੀ ਹੈ ਟਿਕਟੋਕ ਬੈਨ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੀ ਸੋਸ਼ਲ ਨੈਟਵਰਕਿੰਗ ਸਾਈਟ ਦੇ ਉੱਤੇ ਬਿਜ਼ੀ ਰਹਿੰਦੇ ਹੋ ਫੇਸਬੁੱਕ ਵਗੈਰਾ ਬਸ ਇੰਸਟਾ 'ਤੇ ਜੀ ਹਲ ਬਹੁਤਾ ਨਹੀਂ ਥੋੜ੍ਹਾ ਮੋਟਾ ਬਸ ਵੀ ਇੱਕ ਮਤਲਬ ਅਪਡੇਟ ਚੈੱਕ ਕਰ ਲਈਦਾ ਕੋਈ ਨਵੀਂ ਚੀਜ਼ ਜਾਂ ਮਤਲਬ ਉਹ 'ਤੇ ਨਿਊਜ਼ ਵਾਲੇ ਚੈਨਲ ਉਹ ਕੀਤੇ ਹੋਏ ਲਾਈਵ ਵਗੈਰਾ ਜੀ ਫੋਲੋ ਕੀਤਾ ਹੋਇਆ ਉਹਨਾਂ 'ਤੇ ਅਪਡੇਟ ਚੈੱਕ ਕਰਦਾ ਜਿਵੇਂ ਹੁਣ ਅੱਛਾ ਕਿਤੇ ਨਾ ਕਿਤੇ ਜਿਹੜੀਆਂ ਸੋਸ਼ਲ ਨੈਟਵਰਕਿੰਗ ਸਾਈਟ ਨੇ ਉਹ ਤੁਹਾਨੂੰ ਅਪਡੇਟ ਵੀ ਰੱਖਦੀਆਂ ਨੇ ਜੇ ਸਹੀ ਯੂਜ਼ ਕੀਤਾ ਜਾਵੇ ਤਾਂ ਚੰਗਾ ਹੈ ਜੇ ਜ਼ਿਆਦਾ ਯੂਜ਼ ਕੀਤਾ ਜਾਵੇ ਤਾਂ ਗਲਤ ਹੈ ਹਾਂਜੀ ਹਾਂਜੀ ਤਾਂ ਮਾੜਾ ਹਰੇਕ ਚੀਜ਼ ਦਾ ਜੇ ਆਪਾਂ ਮਤਲਬ ਜ਼ਿਆਦਾ ਯੂਜ਼ ਕਰਾਂਗੇ ਤਾਂ ਮਾੜਾ ਹੀ ਹੁੰਦਾ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਰਾਜਦੀਪ ਜੀ ਅੱਛਾ ਰਾਜਦੀਪ ਟਿਕਟੋਕ ਨੂੰ ਬੈਨ ਕਰ ਦਿੱਤਾ ਗਿਆ ਹੈ ਪਤਾ ਹੈ ਹਾਂਜੀ ਹਾਂਜੀ ਹੈ ਕੀ ਟਿਕਟੋਕ ਸੋਸ਼ਲ ਸਾਈਟਾਂ ਬਸ ਫੇਮਸ ਹੋਣ ਦਾ ਜ਼ਰੀਆ ਜੀ ਕਿਵੇਂ ਫੇਮਸ ਹੁੰਦਾ ਹੈ ਬੰਦਾ ਉਸ 'ਤੇ ਫੇਮਸ ਬਸ ਵੀਡੀਓ ਪੈਂਦੀ ਉਹ ਤਾਂ ਵੀਡੀਓ ਪਾ ਕੇ ਐਕਟਿੰਗ ਕਰਕੇ ਹੋ ਸਕਦਾ ਤੁਸੀਂ ਵਰਤਦੇ ਹੋ ਨਹੀਂ ਮੈਂ ਨਹੀਂ ਯੂਜ਼ ਕੀਤੀ ਫਿਰ ਤੁਹਾਨੂੰ ਕਿਵੇਂ ਪਤਾ ਕਿ ਬੰਦਾ ਫੇਮਸ ਹੋ ਜਾਂਦਾ ਉਹਦੇ 'ਤੇ ਇੰਸਟਾ ਵਗੈਰਾ 'ਤੇ ਪਾਉਂਦੇ ਆ ਤਾਂ ਉਹਦੇ ਐਡ ਆਉਂਦੀ ਹੁੰਦੀ ਹੈ ਟਿਕਟੋਕ ਸੁਣਦੇ ਵੀ ਰਹਿੰਦੇ ਹਾਂ ਅੱਛਾ ਇਹ ਬੈਨ ਹੋਣ ਦੇ ਨਾਲ ਫਾਇਦਾ ਹੋਇਆ ਨੁਕਸਾਨ ਹੋਇਆ ਇਹਦਾ ਦੋ ਪਹਿਲੂ ਨੇ ਦੇਖੋ ਨੁਕਸਾਨ ਵੀ ਹੈ ਫਾਇਦਾ ਵੀ ਹੈ ਨੁਕਸਾਨ ਕੀ ਨੁਕਸਾਨ ਜਿਹੜੇ ਬੰਦੇ ਹੁਣ ਜਿਹੜੇ ਹੁਣ ਮੰਨ ਲਓ ਲੋਕ ਫੇਮਸ ਹੁੰਦੇ
ਜਿਹਨੇ ਕੁਛ ਕਰਨਾ ਉਹ ਤਾਂ ਪਬਜੀ ਟਿਕਟੋਕ ਬੈਨ ਨਾ ਹੁੰਦੀ ਫਿਰ ਵੀ ਕਰ ਹੀ ਲੈਂਦਾ ਹੈ ਨਾ। ਹੁਣ ਲੋਕ ਇੰਸਟਾਗ੍ਰਾਮ ਹੋਰ ਐਪ ਵਾ ਉਹਨੇ ਇਹ ਤਾਂ ਸ਼ੋਸ਼ਾ ਚਲਾਤਾ ਵੀ ਹੁਣ ਟਿਕਟੋਕ ਬੰਦ ਕਰਤੀ ਹੋਰ ਵੀ ਹੈਗੀਆਂ ਨੇ ਜਿਹ 'ਚ ਵੀਡੀਓ ਪੈਂਦੀ ਆ ਜਾਂ ਵੀਡੀਓ 'ਤੇ ਗਾਣੇ ਗੁਣੇ ਲਾ ਸਕਦੇ ਹਾਂ ਆਪਾਂ ਹੈ ਨਾ, ਜਾਂ ਐਕਟਿੰਗ ਕਰ ਸਕਦੇ ਹੋਰ ਵੀ ਐਪ ਬਹੁਤ ਨੇਗੇ। ਇਹ ਤਾਂ ਊਂ ਸ਼ੋਸ਼ਾ ਚਲਾਤਾ ਵੀ ਟਿਕਟੋਕ ਚੱਲ ਬਾਹਲੀ ਗਈ ਸੀ ਬੰਦ ਕਰਤੀ ਬਸ। ਟਿਕਟੋਕ ਹੈ ਕੀ ਸਰ? ਫਰੈਂਡਸ ਕੋਲ ਹੀ ਦੇਖਿਆ ਸੀ ਜਿਸ ਤਰ੍ਹਾਂ ਕੋਈ ਵੀਡੀਓ ਬਣਾ ਰਹੇ ਆ ਮਿਊਜ਼ਿਕ ਉੱਪਰ, ਥੋੜ੍ਹਾ ਫਨੀ ਵੀਡੀਓਜ਼ ਦੇਖ ਲੈਂਦੇ ਹਾਂ, ਪਰ ਇਸ ਤਰ੍ਹਾਂ ਕਦੇ ਯੂਜ਼ ਨਹੀਂ ਕੀਤੀ। ਅੱਛਾ, ਤੁਸੀਂ ਨਹੀਂ ਯੂਜ਼ ਕੀਤੀ? ਹਾਲਾਂਕਿ ਮੈਂ ਕਾਫੀ ਯੂਨੀਵਰਸਿਟੀ ਦੇ ਵਿੱਚ ਘੁੰਮ ਕੇ ਆਇਆ, ਜਿਹੜੇ ਨੌਜਵਾਨ ਮਿਲੇ ਨੇ ਸਾਰੇ ਕਹਿ ਰਹੇ ਨੇ ਕਿ ਅਸੀਂ ਯੂਜ਼ ਨਹੀਂ ਕੀਤੀ, ਅਸੀਂ ਯੂਜ਼ ਨਹੀਂ ਕੀਤੀ। ਫਿਰ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਇੰਨੇ ਯੂਜ਼ਰਸ ਟਿਕਟੋਕ ਦੇ ਕਿਵੇਂ ਬਣ ਗਏ? ਸਰ ਪਤਾ ਨਹੀਂ, ਇਹ ਇੰਟਰਸਟ ਉੱਤੇ ਵੀ ਬੇਸ ਕਰਦਾ, ਪਰ ਇੱਥੇ ਸਾਰੇ ਸਟੂਡੈਂਟਸ ਹੈ, ਸਾਰੇ ਬਿਜ਼ੀ ਲਾਈਫ ਹੈ ਵੀ ਪੜ੍ਹ ਲਈਏ ਜਾਂ ਹੋਰ ਬਹੁਤ ਸੋਸ਼ਲ ਮੀਡੀਆ ਹੈ, ਫੇਸਬੁੱਕ ਹੈ, ਇੰਸਟਾ ਹੈ, ਪਰ ਟਿਕਟੋਕ ਸਾਡੇ ਇੱਥੇ ਸਰਕਲਸ 'ਚ ਘੱਟ ਯੂਜ਼ ਹੁੰਦਾ। ਅੱਛਾ, ਬੇਸਿਕਲੀ ਟਿਕਟੋਕ ਨੂੰ ਬੈਨ ਕਰਨ ਦਾ ਫਾਇਦਾ ਹੋਇਆ ਜਾਂ ਨੁਕਸਾਨ? ਸਰ ਪਤਾ ਨਹੀਂ, ਜਿਹੜੇ ਤਾਂ ਇਹਦੇ ਹੈਬਿਟ ਹੋ ਗਈ ਆ ਉਹਨਾਂ ਲਈ ਤਾਂ ਨੁਕਸਾਨ ਹੀ ਹੈ। ਹਾਂ ਹਾਂਜੀ, ਉਹਨਾਂ ਲਈ ਤਾਂ ਲੋਸ ਹੈ, ਕਿਉਂਕਿ ਜਿਹੜੇ ਇੱਕ ਦੋ ਮੇਰੇ ਫਰੈਂਡਸ ਯੂਜ਼ ਕਰਦੇ ਆ ਉਹਦੇ ਬੋਲਦੇ ਕਿ ਸਾਡਾ ਐਂਟਰਟੇਨਮੈਂਟ ਸੀਗਾ ਹੋ ਜਾਂਦਾ ਸੀ, ਜਾਂ ਇੱਕ ਟੈਲੈਂਟ ਬਾਹਰ ਆਉਂਦਾ ਸੀ ਜਿਨ੍ਹਾਂ ਨੂੰ ਐਕਟਿੰਗ ਦਾ ਸ਼ੌਂਕ ਆ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਪ੍ਰਭਜੋਤ। ਅੱਛਾ ਪ੍ਰਭਜੋਤ, ਟਿਕਟੋਕ ਚਲਾਉਂਦੇ ਹੋ? ਨਹੀਂ। ਟਿਕਟੋਕ ਨੂੰ ਬੈਨ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ, ਇਹਦਾ ਫਾਇਦਾ ਹੋਇਆ ਨੌਜਵਾਨਾਂ ਦੇ ਲਈ, ਨੁਕਸਾਨ ਹੋਇਆ? ਆਈ ਥਿੰਕ ਫਾਇਦਾ ਹੀ ਹੋਇਆ, ਬਿਕੋਜ਼ ਬਹੁਤ ਜ਼ਿਆਦਾ ਟਾਈਮ ਵੇਸਟ ਕਰਦੇ ਸੀਗੇ ਟਿਕਟੋਕ ਦੇ ਉੱਤੇ, ਔਰ ਜੇ ਉਹ ਆਪਣੇ ਟੈਲੈਂਟ ਨੂੰ ਸ਼ੋਕੇਸ ਕਰਨਾ ਚਾਹੁੰਦੇ ਆ ਤਾਂ ਬਾਹਰ ਨਿਕਲ ਕੇ ਕਰਨ। ਟਿਕਟੋਕ ਇਜ਼ ਨੋਟ ਅ ਐਪ ਔਰ ਸਾਈਟ ਟੂ ਸ਼ੋਕੇਸ ਦੇਅਰ ਟੈਲੈਂਟ, ਸੋ ਆਈ ਥਿੰਕ ਜੇ ਐਕਟਿੰਗ ਕਰਨੀ ਹੈ ਉਹਨਾਂ ਨੇ ਜਾਂ ਕੁਛ ਉੱਥੋਂ ਕਮਾਉਣਾ ਚਾਹੁੰਦੇ ਆ ਤਾਂ ਇਟਸ ਬੈਟਰ ਕਿ ਇੰਡਸਟਰੀ ਨੂੰ ਕੁਛ ਦੇਣ, ਪੰਜਾਬੀ ਇੰਡਸਟਰੀ ਨੂੰ ਦੇਣ ਜਾਂ ਫਿਰ ਬਾਲੀਵੁੱਡ ਨੂੰ ਦੇਣ। ਤੁਸੀਂ ਚਲਾਉਂਦੇ ਹੋ ਟਿਕਟੋਕ? ਨਹੀਂ, ਕਦੀ ਵੀ ਨਹੀਂ ਵਰਤੀ? ਨਹੀਂ। ਅੱਛਾ, ਤੁਸੀਂ ਟੈਲੈਂਟ ਦੀ ਗੱਲ ਕੀਤੀ ਕਿ ਇੰਡਸਟਰੀ ਨੂੰ ਕੁਝ ਦੇਣ, ਪਰ ਕੁਝ ਨੌਜਵਾਨ ਇਹ ਵੀ ਕਹਿ ਰਹੇ ਨੇ ਕਿ ਇੰਡਸਟਰੀ ਸਾਨੂੰ ਕੁਝ ਨਹੀਂ ਦੇ ਰਹੀ, ਸਾਨੂੰ ਮੌਕਾ ਨਹੀਂ ਦੇ ਰਹੀ, ਤਾਂ ਸਾਨੂੰ ਪਰਦੇ 'ਤੇ ਆਉਣ ਦਾ ਮੌਕਾ ਟਿਕਟੋਕ ਦੇ ਰਹੀ ਹੈ, ਕਿਤੇ ਨਾ ਕਿਤੇ ਚੰਗਾ ਰੁਝਾਨ ਵੀ ਕੁਝ ਨੌਜਵਾਨਾਂ ਨੇ ਦੱਸਿਆ, ਇਹਦਾ ਕੀ ਫਾਇਦਾ ਫਿਰ? ਮੈਨੂੰ ਲੱਗਦਾ ਨਹੀਂ, ਆਈ ਡੋਂਟ ਥਿੰਕ ਸੋ। ਆਈ ਥਿੰਕ ਜੇ ਤੁਸੀਂ ਹਾਰਡ ਵਰਕ ਕਰਦੇ ਹੋ, ਜੇ ਤੁਹਾਡੇ ਅੰਦਰ ਟੈਲੈਂਟ ਹੈਗਾ ਤਾਂ ਅੱਜ ਨਹੀਂ ਤਾਂ ਕੱਲ੍ਹ ਉਹ ਟੈਲੈਂਟ ਨੂੰ ਦੇਖਿਆ ਜਾਂਦਾ, ਪਰਖਿਆ ਜਾਂਦਾ, ਔਰ ਤੁਹਾਡੇ ਟੈਲੈਂਟ ਨੂੰ ਮੌਕਾ ਮਿਲਦਾ ਜ਼ਰੂਰ। ਅੱਛਾ, ਪਬਜੀ ਦੀ ਗੱਲ ਕਰ ਲੈਂਦੇ ਹਾਂ, ਪਬਜੀ ਦੇ ਉੱਤੇ ਵੀ ਸਵਾਲ ਉੱਠਦੇ ਰਹੇ, ਖੁਦਕੁਸ਼ੀਆਂ ਦੇ ਮਾਮਲੇ ਵੀ ਆਉਂਦੇ ਰਹੇ ਆ ਕਿ ਨੌਜਵਾਨਾਂ ਨੇ ਖੁਦਕੁਸ਼ੀਆਂ ਕੀਤੀਆਂ, ਤੁਸੀਂ ਪਬਜੀ ਖੇਡਦੇ ਹੋ? ਨਹੀਂ। ਪਤਾ ਹੈ ਪਬਜੀ ਹੈ ਕੀ? ਹਾਂਜੀ। ਕੀ ਹੈ? ਬੈਨ ਕਰਨ ਦੀ ਮੰਗ ਉੱਠਦੀ ਰਹੀ ਹੈ, ਕੀ ਲੱਗਦਾ ਕਿ ਬੈਨ ਕਰ ਦੇਣੀ ਚਾਹੀਦੀ ਹੈ? ਆਫ ਕੋਰਸ ਕਰ ਦੇਣੀ ਚਾਹੀਦੀ ਹੈ, ਬਿਕੋਜ਼ ਜਿਹੜੇ ਸਾਰੇ ਮੁੰਡੇ ਨੇ ਉਹ ਆਪਦੇ ਪੇਰੈਂਟਸ ਦੇ ਨਾਲ ਤਾਂ ਟਾਈਮ ਸਪੈਂਡ ਕਰਦੇ ਨਹੀਂ ਆ, ਮੋਸਟ ਆਫ ਦਾ ਟਾਈਮ ਦੇ ਆਰ ਬਿਜ਼ੀ ਔਨ ਦੇ ਫੋਨਸ, ਅਤੇ ਇਸ ਕਰਕੇ ਆਈ ਥਿੰਕ ਆਪਦੇ ਪੇਰੈਂਟਸ ਦੇ ਨਾਲ, ਆਪਦੇ ਫਰੈਂਡਸ ਦੇ ਨਾਲ ਟਾਈਮ ਸਪੈਂਡ ਕਰੋ ਰਾਦਰ ਦੈਨ ਸਪੈਂਡਿੰਗ ਟਾਈਮ ਔਨ ਪਬਜੀ ਵਿਚ ਇਜ਼ ਯੂਜ਼ਲੈਸ। ਤੁਸੀਂ ਇਕੱਲੀ ਮੁੰਡਿਆਂ ਦੀ ਗੱਲ ਕਰ ਦਿੱਤੀ, ਕਿ ਤੁਹਾਨੂੰ ਲੱਗਦਾ ਕਿ ਇਹ ਜੋ ਪਬਜੀ ਗੇਮ ਹੈ ਇਕੱਲੀ ਮੁੰਡਿਆਂ ਦੇ ਲਈ ਬਣੀ ਹੋਈ ਹੈ, ਕੁੜੀਆਂ ਯੂਜ਼ ਨਹੀਂ ਕਰਦੀਆਂ ਜਾਂ ਕੁੜੀਆਂ ਪੇਰੈਂਟਸ ਦੇ ਨਾਲ ਟਾਈਮ ਸਪੈਂਡ ਕਰਦੀਆਂ ਨੇ? ਸੀ ਆਈ ਡੋਂਟ ਯੂਜ਼ ਇਟ, ਸੋ ਆਈ ਡੋਂਟ ਨੋ ਅਬਾਊਟ ਇਟ, ਆਈ ਡੋਂਟ ਨੋ। ਮੇਰੇ ਸਰਕਲ 'ਚ ਕੋਈ ਕੁੜੀ ਨਹੀਂ ਹੈਗੀ ਜਿਹੜੀ ਪਬਜੀ ਯੂਜ਼ ਕਰਦੀ ਹੈ, ਬਟ ਹਾਂ ਮੇਰੇ ਸਰਕਲ 'ਚ ਬਹੁਤ ਸਾਰੇ ਮੁੰਡੇ ਨੇ ਜਿਹੜੇ ਪਬਜੀ ਯੂਜ਼ ਕਰਦੇ ਨੇ, ਐਂਡ ਦੇ ਸਪੈਂਡ ਐਂਪਲ ਟਾਈਮ ਔਨ ਪਬਜੀ, ਦੇ ਵੇਸਟ ਦੇ ਟਾਈਮ। ਬੈਨ ਕਰਨੀ ਚਾਹੀਦੀ ਹੈ? ਆਫ ਕੋਰਸ ਕਰਨੀ ਚਾਹੀਦੀ ਹੈ ਬੈਨ, ਇੱਕ ਤਾਂ ਪਤਾ ਨਹੀਂ ਕਿ ਮਤਲਬ ਦੇਰ ਵਿਲ ਲਾਈਕ ਵੋਇਸ ਸਮਥਿੰਗ ਕੁਛ ਹੈਗਾ ਉਹਦੇ 'ਚ, ਦੇ ਕੀਪ ਔਨ ਟਾਕਿੰਗ, ਇੱਦਾਂ ਲੱਗਦਾ ਕਿ ਜਿਵੇਂ ਉਹ ਸਾਡੇ ਨਾਲ ਗੱਲ ਕਰ ਰਿਹਾ, ਜੇ ਕੋਈ ਸਾਹਮਣੇ ਪੜ੍ਹ ਰਿਹਾ ਹੋਵੇ ਉਹਨਾਂ ਦੇ ਨਾਲ, ਉਹ ਬਹੁਤ ਡਿਸਟਰਬ ਹੁੰਦਾ। ਬਹੁਤ ਬਹੁਤ ਧੰਨਵਾਦ। ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ, ਟਿਕਟੋਕ ਦੇ ਸੰਬੰਧ ਦੇ ਵਿੱਚ ਗੱਲਬਾਤ ਕੀਤੀ, ਪਬਜੀ ਦੇ ਸੰਬੰਧ ਵਿੱਚ ਗੱਲਬਾਤ ਕੀਤੀ। ਨੌਜਵਾਨਾਂ ਦਾ ਇਹੋ ਕਹਿਣਾ ਹੈ ਕਿ ਟਿਕਟੋਕ ਜਾਂ ਹੋਰ ਸੋਸ਼ਲ ਨੈਟਵਰਕਿੰਗ ਸਾਈਟ ਨੂੰ ਬੈਨ ਕਰ ਦੇਣਾ ਚਾਹੀਦਾ, ਪਰ ਇੱਕ ਪਾਸੇ ਜੇਕਰ ਇਹਨਾਂ ਵਿਚਾਰਧਾਰਾਵਾਂ ਨੂੰ ਸਾਈਡ ਕਰਕੇ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਇਹ ਆਪਣੇ ਹੱਥ ਵੀ ਹੈ ਕਿ ਕਿਸ ਚੀਜ਼ ਦਾ ਅਸੀਂ ਵਧੇਰੇ ਯੂਜ਼ ਕਰਨਾ ਅਤੇ ਕਿਸ ਦਾ ਘੱਟ। ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਸੋ ਆਪਣੇ ਹੱਥ ਦੇ ਵਿੱਚ ਹੈ ਕਿ ਕਿਹੜੀ ਚੀਜ਼ ਦਾ ਅਸੀਂ ਯੂਜ਼ ਕਰਨਾ ਅਤੇ ਕਿਹੜੀ ਦਾ ਨਹੀਂ। ਸੋ ਅੱਜ ਦੇ ਪੰਜਾਬ ਬੋਲਤਾ ਦੇ ਵਿੱਚ ਬਸ ਇੰਨਾ ਹੀ, ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ, ਧੰਨਵਾਦ।